ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਅਤੇ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਜਿਹਦਾ ਹੈਗਾ ਜੀ ਦਿਲ ਦੀਆਂ ਗੱਲਾਂ, ਮੈਂ ਹੈਗਾ ਮੁਕੇਸ਼ ਸ਼ੁਕਰਾ। ਥੈਂਕ ਯੂ, ਤੁਸੀਂ ਇੰਨਾ ਪਿਆਰ ਕਰਦੇ ਹੋ। ਥੋੜ੍ਹਾ ਜਿਹਾ ਗੈਪ ਪੈ ਗਿਆ ਸੀਗਾ ਕਿਉਂਕਿ ਥੋੜ੍ਹੇ ਜਿਹੇ ਮਸਰੂਫ ਸੀਗੇ, ਥੋੜ੍ਹੇ ਜਿਹੇ ਲਾਈਵ ਸ਼ੋਅਜ਼ ਤੁਹਾਡੇ ਲਈ ਲੈ ਕੇ ਆਏ ਸੀਗੇ, ਸਪੈਸ਼ਲ ਲਾਈਵ ਸ਼ੋਅਜ਼। ਉਹਦੇ ਕਰਕੇ ਥੋੜ੍ਹਾ ਜਿਹਾ ਹਲਕਾ ਜਿਹਾ ਗੈਪ ਆਇਆ ਸੀਗਾ, ਪਰ ਉਹਦੇ ਬਾਅਦ ਫਿਰ ਆਪਾਂ ਆ ਗਏ ਜੀ ਲਾਈਵ ਸ਼ੋਅ ਦੇ ਵਿੱਚ। ਗੱਲਾਂ ਪਤਾ ਕਰ ਲਈ, ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗੱਲਾਂ ਪਾ ਕਰਦੇ ਹਾਂ ਢੇਰ ਸਾਰੀਆਂ। ਫੋਨ ਕਰਦੇ ਹੋ ਥੋੜ੍ਹੇ ਜਿਹੇ ਟਾਈਮ ਪੀਰੀਅਡ ਦੇ ਬਾਅਦ, ਜੇ ਦੱਸਿਆ ਵੀ ਆਹ ਵਾਲਾ ਸ਼ੋਅ ਜਿਹੜਾ ਇਹ ਗੈਪ ਤੋਂ ਬਾਅਦ ਦੁਬਾਰਾ ਆਪਾਂ ਅੱਜ ਆਏ ਹਾਂ ਸ਼ੋਅ ਦੇ ਵਿੱਚ। ਇਸ ਕਰਕੇ ਸ਼ਾਇਦ ਹੋ ਸਕਦਾ ਆ ਕਿ ਨੰਬਰ ਸਕਿਪ ਹੋ ਗਿਆ ਹੋਵੇ। ਨੰਬਰ ਨੋਟ ਕਰ ਲਓ, ਨੰਬਰ ਹੈਗਾ ਜੀ 0175-5061-949। ਇਸ ਨੰਬਰ 'ਤੇ ਕਾਲ ਕਰਨੀ ਆ, ਢੇਰ ਸਾਰੀਆਂ ਗੱਲਾਂ ਪਤਾ ਕਰਨੀਆਂ ਜੀ। ਜਿੱਦਾਂ ਤੁਹਾਨੂੰ ਪਤਾ ਵੀ ਹਰ ਨਾਲ ਹਰ ਵੀ ਸੈਲਿਬ੍ਰਿਟੀ ਗੈਸਟ ਆਉਂਦੇ ਆ, ਸਾਡੇ ਗੈਸਟ ਦੀਆਂ ਹੁਣੇ ਬਾਹਾਂ ਮਾੜੀਆਂ ਤੁਹਾਨੂੰ ਦੇਖ ਗਈਆਂ ਸੀ, ਕੂਣੀਆਂ ਇੰਨੀਆਂ ਇੰਨੀਆਂ। ਇਹ ਤੋਂ ਬਾਅਦ ਲੱਗਾ ਵੀ ਅੱਜ ਗੈਸਟ ਕੋਈ ਆਇਆ ਹੋਇਆ ਆ, ਸਾਡੇ ਮੁੰਡਿਆਂ ਨੇ ਫਿਰ ਕੂਣੀ ਪਰੇ ਕਰਵਾ ਕੇ ਥੋੜ੍ਹਾ ਉਹਨਾਂ ਨੂੰ ਪਰੇ ਕੀਤਾ, ਹੁਣ ਆਪਾਂ ਪਰੇ ਕਰਕੇ ਇਹਨਾਂ ਨੂੰ ਫਿਰ ਵਾਪਸ ਲਿਆ ਰਹੇ ਹਾਂ। ਸੋ ਸਾਡੇ ਕੋਲ ਸਟੂਡੀਓ ਵਿੱਚ ਪਹੁੰਚੇ ਨੇ ਭੇਜੀ ਗੁਰਪੇ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੰਨਾ ਜ਼ੋਰ ਲਾਤਾ ਤੁਸੀਂ ਬਸ ਇੰਨੇ 'ਚ। ਹੋਰ ਦੱਸੋ, ਘਰ ਪਰਿਵਾਰ ਸਭ ਠੀਕ ਠਾਕ ਜੀ? ਮੈਂ ਧੰਨਵਾਦ ਕਰਦਾ ਜੀ ਚੜ੍ਹਦੀ ਕਲਾ ਟਾਈਮ ਟੀਵੀ ਦਾ, ਤੇ ਇੱਧਰ ਸਾਡੇ ਭਾਈ ਜੀ ਦਾ। ਮੇਰਾ ਨਾਮ ਰਿਸ਼ ਭਾਈ ਜੀ ਦਾ। ਹਾਏ, ਪਹਿਲੇ ਪਹਿਲੇ ਅੜ ਗਏ ਸੀਗੇ। ਥੈਂਕ ਯੂ, ਬਹੁਤ ਨਾਈਸ ਪਰਸਨ ਜੀ। ਮਤਲਬ ਕਿ ਭਾਅ ਜੀ ਨਾਲ ਗੱਲਾਂ ਬਾਤਾਂ ਕਰਕੇ ਪਤਾ ਲੱਗਿਆ ਜੀ। ਥੋੜ੍ਹੀ ਹੋਰ ਤਰੀਫਾਂ ਪਲੀਜ਼ ਪਲੀਜ਼, ਇੰਨਾ ਮੇਰੇ ਪੈਸੇ ਵੱਧ ਸਕਦੇ ਆ। ਮਤਲਬ ਨਹੀਂ, ਹੋਰ ਤਰੀਫਾਂ? ਮਤਲਬ ਕਿ ਇੰਨੇ ਵਧੀਆ ਪਰਸਨ ਨੇ। ਹਾਏ ਭਾਅ ਜੀ, ਮਤਲਬ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਜੀ। ਭਾਈ ਸ਼ਬਦ ਲਿਆਓ ਕਿਤੋਂ, ਜ਼ਰੂਰੀ ਆ। ਮੈਂ ਦੱਸਦਾ ਭਾਅ ਜੀ, ਭੇਜੀ ਭਾਅ ਜੀ ਇਹਨਾਂ ਦੇ ਜਿਹੜੇ ਨੇ ਆਪਣੇ ਕੋਲ, ਮੈਂ ਪਹਿਲੇ ਦੱਸਦਾ ਕਿ ਇੱਕ ਵੀਡੀਓ ਟਰੈਕ ਸਾਡੇ ਕੋਲ ਪਿਆ, ਬਾਕੀ ਆਡੀਓ ਟਰੈਕ ਕਾਫੀ ਆਏ ਹੋਏ ਇਹਨਾਂ ਦੇ। ਅਤੇ ਨਾਲ ਦੀ ਨਾਲ ਜੀ ਇਹ ਜਿਹੜਾ ਜ਼ਰੂਰੀ ਗੱਲ ਹੈਗੀ ਆ ਵੀ ਇਹ ਆਪਣਾ ਇੰਸਟੀਟਿਊਟ ਵੀ ਰਨ ਕਰਦੇ ਆ, ਬੱਚੇ ਇਹਨਾਂ ਦੇ ਕੋਲ ਮਿਊਜ਼ਿਕ ਸਿੱਖਦੇ ਆ, ਮਿਊਜ਼ਿਕ ਟੀਚਰ ਵੀ ਨੇ ਨਾਲ ਨਾਲ। ਅਤੇ ਇਸ ਫੀਲਡ ਦੇ ਵਿੱਚ ਇੱਕ ਲੰਬਾ ਅਰਸਾ ਹੋ ਗਿਆ, 95 ਦੇ ਸ਼ੁਰੂ ਕੀਤਾ ਹੈ ਇਹਨਾਂ ਫੀਲਡ ਵਿੱਚ, ਇੱਕ ਲੰਬਾ ਅਰਸਾ ਇਸ ਫੀਲਡ ਵਿੱਚ ਸਟਰਗਲ ਕਰਨ ਹੋ ਗਿਆ, ਪਰ ਸਟਿਲ ਸਟਰਗਲ ਚੱਲਦੀ ਪਈ ਆ। ਸਟਰਗਲ ਚੱਲਦੀ ਹੀ ਰਹਿਣੀ ਚਾਹੀਦੀ ਆ ਕਿਉਂਕਿ ਸਟਰਗਲ ਆਖਰੀ ਟਾਈਮ ਤੱਕ ਨਹੀਂ ਖਤਮ ਹੁੰਦੀ। ਹਰ ਵਾਰੀ ਆਪਣੇ ਟੀਚੇ ਜਿਹੜੇ ਆ ਉਹ ਵੱਡੇ ਹੁੰਦੇ ਜਾਂਦੇ ਆ, ਅਤੇ ਸਟਰਗਲ ਜਿਹੜੀ ਆ ਉਹ ਤਾਂ ਤੁਰਦੀ ਰਹਿੰਦੀ ਆਪਣੀ। ਭਾਅ ਜੀ ਸਾਰੀਆਂ ਗੱਲਾਂ ਪਤਾ ਕਰਾਂਗੇ, ਸਭ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਕੋਈ ਵੀ ਗਾਣਾ ਉਹਦੇ ਦੋ ਬੋਲ ਸੁਣਾ ਦਿਓ, ਇੱਕ ਵਾਰੀ ਪਤਾ ਲੱਗ ਜਾਏ ਜੀ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਛੇੜ ਦਿਆਂਗੇ। ਮੈਂ ਜਿਹੜਾ ਇਸ ਟਾਈਮ ਗਾਣਾ ਚੱਲ ਰਿਹਾ ਜੀ, ਮੈਂ ਦੁਬਾਰਾ ਉਹੀ ਰਿਪੀਟ ਕਰਨਾ ਚਾਹੂੰਗਾ ਜੀ। ਹਾਂਜੀ ਪਲੀਜ਼। ਕਿਹੜਾ? ਲਾਡੀ ਮਾਪਿਆਂ ਨੇ ਰੱਖੀ ਲਾਡਲੀ, ਤੇਰੇ ਲਾਡਲੇ ਤੇ ਮਰਦੀ ਏ। ਜਿਹੜੀ ਪਤਲੀ ਪਤੰਗ ਮੁਟਿਆਰ ਹੈ, ਹੌਲਾ ਫੁੱਲਾਂ ਨਾਲੋਂ ਲੱਗੇ ਜੀ ਦਾ ਭਾਰ ਹੈ, ਘਰੇ ਕੁੜੀਆਂ ਤੇ ਸਰਦਾਰੀ ਗੱਲ ਗੱਲ ਤੇ ਅੜਦੀ ਆ। ਉਹ ਲਾਡੀ ਮਾਪਿਆਂ ਨੇ ਰੱਖੀ ਲਾਡਲੀ, ਤੇਰੇ ਲਾਡਲੇ ਤੇ ਮਰਦੀ ਆ। ਸੋ ਵੀ ਆਪਦਾ ਟਰੈਕ ਹੈ, ਇਹਦੀ ਵੀਡੀਓ ਸਾਡੇ ਕੋਲ ਪਈ ਹੋਗੀ, ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ, ਪਰ ਉਸ ਤੋਂ ਪਹਿਲੇ ਗੱਲਾਂ ਬਾਤਾਂ ਜਿਹੜੀਆਂ ਉਹ ਅੱਗੇ ਛੇੜ ਲਈਆਂ। ਭਾਅ ਜੀ 95 ਉਦੋਂ ਦਾ ਸ਼ੁਰੂ ਕੀਤਾ ਮਿਊਜ਼ਿਕ, ਹਾਂਜੀ, ਤੇ ਕੀ ਸੋਚ ਕੇ ਮਿਊਜ਼ਿਕ 'ਚ ਆਇਆ ਸੀ? ਫੈਮਿਲੀ ਦੀ ਸਪੋਰਟ ਸੀਗੀ ਜਾਂ ਤੁਹਾਨੂੰ ਆਪਣਾ ਕਿਸੇ ਨੂੰ ਸੁਣ ਕੇ ਅਸੀਂ ਕਿਸੇ ਵੇਲੇ ਬਹੁਤ ਜ਼ਿਆਦਾ ਹੈ ਨਾ ਉਹਦੇ ਵੱਲ ਪ੍ਰਭਾਵਿਤ ਹੋਏ ਨੇ ਤਾਂ ਵੀ ਅਸੀਂ ਕੋਈ ਲਾਈਨ ਚੂਜ਼ ਕਰ ਦਿੰਦੇ ਹਾਂ, ਕੀ ਕਾਰਨ ਰਿਹਾ? ਫੈਮਿਲੀ ਦੀ ਸਪੋਰਟ ਤਾਂ ਰਹੀ ਹੈ ਜੀ ਸ਼ੁਰੂ ਤੋਂ ਹੀ, ਅਤੇ ਥੋੜ੍ਹਾ ਬਹੁਤ ਜਿੱਦਾਂ ਅਸੀਂ ਮੈਂ ਗੱਲ ਕੀਤੀ ਸੀ ਕਿ ਨੁਸਰਤ ਸਾਹਿਬ, ਹੰਸਰਾਜ ਹੰਸ ਜੀ, ਜਗਜੀਤ ਸਿੰਘ ਜੀ, ਗੁਲਾਮ ਅਲੀ ਜੀ, ਸਾਵਰਕੋਟੀ ਜੀ, ਇਹਨਾਂ ਨੂੰ ਸੁਣਦੇ ਰਹੇ ਜੀ ਅਸੀਂ। ਓਕੇ, ਤਾਂ ਸਾਨੂੰ ਵੀ ਕੁਛ ਇੱਦਾਂ ਲੱਗਿਆ ਵੀ ਕੁਛ ਕਰੀਏ ਜੀ, ਤਾਂ ਮਿਊਜ਼ਿਕ ਦਾ ਸ਼ੌਕ ਸੀ ਅਤੇ ਉਸ ਦੇ ਨਾਲ ਕਿਹਾ ਵੀ ਐਜ਼ ਏ ਪ੍ਰੋਫੈਸ਼ਨ ਮਿਊਜ਼ਿਕ ਵਿੱਚ ਆਈਏ ਜੀ। ਆਈਏ, ਅਤੇ ਵੈਸੇ ਜੇਕਰ ਮੈਂ ਕਹਾਂ ਵੀ ਇਹਨਾਂ 'ਚੋਂ ਕਿਸੇ ਦਾ ਗਾਣਾ ਸੁਣਾਓ, ਕਿਹਦਾ ਸੁਣਾ ਸਕਦੇ? ਮੈਂ ਨੁਸਰਤ ਸਾਹਿਬ ਦੇ ਜੀ। ਕਿਆ ਬਾਤ ਹੈ, ਕਿਹੜਾ ਜੀ? ਚਰਖੇ ਦੇ ਹਰ ਹਰ ਗੇੜੇ ਮਾਹੀ, ਮੈਂ ਤੈਨੂੰ ਯਾਦ ਕਰਾਂ। ਹਾਂਜੀ ਆ ਦਿਓ ਜੀ। ਚਰਖੇ ਦੇ ਹਰ ਹਰ ਗੇੜੇ ਮਾਇਆ, ਮੈਂ ਤੈਨੂੰ ਮਾਇਆ ਮੈਂ ਤੈਨੂੰ ਯਾਦ ਕਰਾਂ। ਚਰਖੇ ਦੇ ਹਰ ਹਰ ਗੇੜੇ ਕਦੀ ਆ ਤੜੀ ਦੇ ਵੇੜੇ, ਮਾਇਆ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ। ਚਰਖੇ ਦੇ ਹਰ ਹਰ ਗੇੜੇ। ਕਿਆ ਬਾਤ ਹੈ ਭਾਅ ਜੀ। ਭਾਅ ਜੀ ਜਦੋਂ ਸੋਚਿਆ ਸੀ ਲਾਈਨ 'ਚ ਜਾਣਾ, ਉਦੋਂ ਫੈਮਿਲੀ ਨੇ ਕਿਸੇ ਨੂੰ ਰੋਕਿਆ? ਨਹੀਂ, ਸਟਾਰਟਿੰਗ 'ਚ ਥੋੜ੍ਹਾ ਬਹੁਤ ਸੀ ਪੇਰੈਂਟਸ, ਉਹਨਾਂ ਨੇ ਕਿਹਾ ਸੀ ਵੀ ਇਸ ਫੀਲਡ ਵਿੱਚ ਕੰਪੀਟੀਸ਼ਨ ਕਾਫੀ ਹੈ ਜੀ, ਅਤੇ ਥੋੜ੍ਹਾ ਜਿਹਾ ਉਹਨਾਂ ਨੂੰ ਇਹ ਸੀ ਵੀ ਮਤਲਬ ਕਿ ਐਜੂਕੇਸ਼ਨ ਵਿੱਚ ਵੀਕ ਰਹਿ ਜਾਵਾਂਗਾ। ਬਟ ਫਿਰ ਹੌਲੀ ਹੌਲੀ ਮੈਂ ਮਤਲਬ ਕਿ ਸ਼ੌਕ ਸੀ ਮੈਨੂੰ, ਮੈਂ ਪਿੱਛੇ ਹਟਿਆ ਨਹੀਂ, ਫਿਰ ਉਹ ਮੈਂ ਹੈਲਪ ਕਰਦੇ ਗਏ ਜੀ ਨਾਲ, ਫੈਮਿਲੀ ਹੌਲੀ ਹੌਲੀ ਨਾਲ ਤੁਰਦੇ ਗਏ। ਹਾਂਜੀ, ਇਹ ਹੁੰਦਾ ਜਦੋਂ ਤੁਸੀਂ ਲਾਈਨ ਦੇ ਵਿੱਚ ਆਪਣਾ
ਨਿਸ਼ਚੇ ਦਾ ਦ੍ਰਿੜ ਹੁੰਦਾ ਤੁਸੀਂ ਤੁਰਦੇ ਹੋ ਤਾਂ ਫਿਰ ਤੁਹਾਡੇ ਨਾਲ ਸਾਥ ਜਿਹੜਾ ਸਭ ਦਾ ਆਉਣਾ ਸ਼ੁਰੂ ਹੋ ਜਾਂਦਾ। ਕਾਲ ਰੈਡੀ ਹੋ ਚੁੱਕੇ, ਦੱਸਦੇ ਹਾਂ ਕੌਣ ਨੇ ਕਿੱਥੋਂ ਕਾਲ ਕਰ ਰਹੇ ਨੇ। ਹੈਲੋ ਜੀ, ਹੈਲੋ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸ ਦਿਓ, ਕਿੱਥੋਂ ਕਾਲ ਕਰ ਰਹੇ ਹੋ ਜੀ। ਨਾਮ ਆਪਣਾ ਜੀ ਦੁਬਾਰਾ ਦੱਸੋ, ਕੀ ਨਾਂ ਜੀ? ਬਾਦਲ। ਬਾਦਲ, ਬਾਦਲ ਸਾਹਿਬ ਕਿੱਥੇ ਵਰਸ ਰਹੇ ਹੋ? ਹਰੀ ਗਿਆ ਜੀ। ਹਾਂਜੀ ਹਰੀ ਕਿਉਂ? ਹਰੀ ਕਿਉਂ? ਹਾਂਜੀ ਹਰੀ ਕੇ ਪੱਤਣ। ਹਾਂਜੀ ਹਾਂਜੀ ਇਹ ਜਮਾ ਹੀ ਲੱਗ ਗਏ, ਮੈਂ ਅੰਮ੍ਰਿਤਸਰ ਤੋਂ। ਹਾਂ ਹਾਂ ਆ ਕੀ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ। ਹੈ ਤੇ ਬਾਬੂਰ ਸਾਹਿਬ ਗਏ ਮੱਥਾ ਟੇਕਣ ਕਰੇ? ਹਾਂਜੀ ਬਾਬੂਰ ਸਾਹਿਬ ਜਾਂਦੇ ਹੁੰਦੇ ਮੱਥਾ ਟੇਕਣ? ਹਾਂ ਹਾਂ ਛੜੇ 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 ਛੜਾ ਛੜਾ ਛੜਾ। ਲਓ ਭਾਜੀ ਫਿਰ ਸਾਡੇ ਕੋਲ ਪੇਜੀ ਸਾਹਿਬ ਪਹੁੰਚੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰੋ, ਗਾਣਾ ਸੁਣੋ ਜਿਹੜਾ ਸੁਣਨਾ ਚਾਹੁੰਦੇ ਹੋ ਭਾਜੀ। ਹੈਲੋ ਹੈਲੋ ਕਰੋ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਭਾਜੀ? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਕਿਆ ਸੁਣਨਾ ਚਾਹੁੰਦੇ ਹੋ ਜੀ ਤੁਸੀਂ? ਕੋਈ ਸੈਡ ਸੌਂਗ ਸੁਣਾ ਦਿਓ ਜੀ, ਬੜਾ ਦੁੱਖ ਹੈ ਜੀ। ਓਹੋ ਨਾਲ ਦੀ ਛੱਡ ਗਈ ਹੈ। ਓਹੋ ਹੋ ਹੋ ਕਿਆ ਬਾਤ ਹੈ, ਕਿੱਦਣ ਛੱਡ ਗਈ ਹੈ? ਹਾਂਜੀ ਕਿੱਦਣ ਦੀ ਛੱਡ ਗਈ ਹੈ? ਵਾਵਾ ਦਿਨ ਹੋ ਗਿਆ, 15-20 ਦਿਨ ਹੀ ਹੋ ਗਿਆ ਜੀ। ਇਹ ਬਾਪੂ ਜੀ ਨੂੰ ਪਤਾ ਹੈ? ਹਾਂਜੀ ਹਾਂਜੀ ਸਾਰਾ ਪਤਾ। ਨਹੀਂ ਬਾਪੂ ਜੀ ਨੂੰ ਪਤਾ ਛੱਡ ਗਈ ਹੈ? ਨਹੀਂ ਜੀ। ਤੇ ਉਹਨਾਂ ਨੇ ਛੱਡਣੀਆਂ ਬੜੀਆਂ ਜੇ ਪਤਾ ਲੱਗ ਜਾਂਦਾ ਤੇ। ਉਹਨੇ ਕਿਹੜਾ ਪੁੱਤਰ ਪੜਦੇ ਕਿਹੜੇ ਚੱਕਰ ਚ ਪਿਆ? ਕੋਈ ਗੱਲ ਨੀ ਭਾਜੀ, ਥੈਂਕ ਯੂ, ਥੈਂਕਸ ਫੋਰ ਕਾਲਿੰਗ। ਤੇ ਹਰੀਕੇ ਵਾਲੀ ਉਹ ਤੁਹਾਨੂੰ ਆਪਣਾ ਗਾਣਾ ਸੁਣਾਉਣ ਲੱਗੇ ਭਾਜੀ, ਸੈਰ ਸੋ ਖਾਸ ਤੁਹਾਡੇ ਲਈ ਭਾਈ। ਭਾਜੀ ਸੈਰ ਤੇ ਸੁਣਾ ਦੋ, ਮਤਲਬ ਕਿ ਬੰਦਾ ਉੱਥੇ ਲੇਟੀਆਂ ਮਾਰ ਕੇ ਰੋਣ ਲੱਗ ਪਏ। ਠੀਕ ਹੈ ਜੀ। ਯਾਰ ਜਦੋਂ ਰੁੱਠ ਜਾਂਦੇ ਨੇ ਪਿਆਰੇ ਉਦੋਂ ਟੁੱਟ ਜਾਂਦੇ ਨੇ, ਯਾਰ ਜਦੋਂ ਰੁੱਠ ਜਾਂਦੇ ਨੇ ਪਿਆਰ ਜਦੋਂ ਟੁੱਟ ਜਾਂਦੇ ਨੇ, ਜਿੰਦ ਬਣ ਜਾਂਦੀ ਧਰਤੀ ਤੇ ਪਾਰ, ਦਿਲਾਂ ਦੇ ਵਿਛੋੜਿਆਂ ਨੂੰ ਜਾਣਦੇ ਨੇ ਉਹੀ ਜਿਨ੍ਹਾਂ ਕੀਤਾ ਇਸ ਜੱਗ ਤੇ ਪਿਆਰ, ਦਿਲਾਂ ਦੇ ਵਿਛੋੜਿਆਂ ਨੂੰ ਜਾਣਦੇ ਨੇ ਉਹੀ ਜਿਨ੍ਹਾਂ ਕੀਤਾ ਇਸ ਜੱਗ ਤੇ ਪਿਆਰ। ਹਾਏ ਕੋਲਰ ਨਾਲ ਗੱਲ ਕਰ ਲਈਏ, ਮਨ ਥੋੜਾ ਉਦਾਸ ਜਿਹਾ ਹੋ ਗਿਆ ਹੈ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ, ਠੀਕ ਠਾਕ ਹੋ? ਹਾਂਜੀ ਵਧੀਆ ਭਾਜੀ, ਤੁਸੀਂ ਦੱਸੋ ਘਰ ਪਰਿਵਾਰ ਸਭ ਵਧੀਆ? ਸਭ ਵਧੀਆ ਭਾਜੀ, ਆਲ ਗੁੱਡ ਭਾਜੀ। ਨਾਮ ਦੱਸ ਦਿਓ, ਕਿੱਥੋਂ ਕਾਲ ਕਰ ਰਹੇ ਹੋ? ਮੇਰਾ ਨਾਮ ਰਣਵੀਰ ਸੰਧੂ ਆ ਤੇ ਮੈਂ ਪਟਿਆਲਾ ਤੋਂ ਗੱਲ ਕਰ ਰਿਹਾ ਜੀ। ਰਣਵੀਰ ਭਾਜੀ ਜੀ ਬਿਲਕੁਲ ਜੀ, ਪਟਿਆਲੇ ਲੱਗ ਗਏ ਸੀ, ਸਿੱਧੇ ਸ਼ੋਅ 'ਚ ਹੀ ਆ ਜਾਂਦੇ ਗੱਲਾਂ ਬਾਤਾਂ ਕਰਦੇ ਬਹਿ ਗਏ ਆਪਾਂ। ਬਿਲਕੁਲ ਬਿਲਕੁਲ ਜੀ, ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਮੈਂ ਕਿਹਾ ਭਾਜੀ ਅਸੀਂ ਪਟਿਆਲੇ ਤੋਂ ਹੀ ਆ ਨਾ ਚੈਨਲ ਸਾਡਾ। ਹਾਂਜੀ 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 ਮੈਂ ਜਾਣਦਾ ਜੀ ਬਿਲਕੁਲ ਜੀ, ਤੇ ਸਟੂਡੀਓ ਆ ਜਿਹੜਾ ਭਾਜੀ ਦੇ ਇੰਟਰਵਿਊ ਸੁਣ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ ਮੈਨੂੰ ਤੁਹਾਡਾ ਪ੍ਰੋਗਰਾਮ। ਥੈਂਕ ਯੂ ਭਾਜੀ, ਥੈਂਕ ਯੂ। ਤੇ ਭਾਜੀ ਨੂੰ ਗਾਣਾ ਕਿਹੜਾ ਸੁਣਨਾ? ਭਾਜੀ ਗਾਣਾ ਸੁਣਾਂਗੇ ਵੀ, ਅੱਜ ਮੇਰੀ ਬੇਨਤੀ ਆ ਨਾ, ਅੱਜ ਦੇ ਯੂਥ ਲਈ ਮੇਰੇ ਕੋਲ ਦੋ ਲਾਈਨਸ ਨੇ, ਪਲੀਜ਼ ਜੇ ਤੁਸੀਂ ਹੁਕਮ ਕਰੋ ਸੁਣਾ ਸਕਦਾ? ਪਲੀਜ਼ ਭਾਜੀ, ਸ਼ੋਰ, ਕਿਉਂ ਨਹੀਂ, ਸੁਣਾਓ ਸੁਣਾਓ। ਹੋ ਯਾਰਾ ਨਸ਼ੇ ਹੱਥ ਬਾਤ ਚੰਗੀ ਹੁੰਦੀ ਨਹੀਂ ਮੱਤ, ਤਾਈਓ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ, ਯਾਰਾ ਨਸ਼ੇ ਹੱਥ ਬਾਤ ਚੰਗੀ ਹੁੰਦੀ ਨਹੀਂ ਮੱਤ, ਤਾਈਓ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ, ਵੱਡੀ ਛਾਤੀ ਵਾਲਾ ਹੁੰਦਾ ਸਾਰਿਆਂ ਦਾ ਭਾਜੀ, ਵੱਡੇ ਡੋਲੇ ਵਾਲਾ ਹੁੰਦਾ ਸਾਰਿਆਂ ਦਾ ਭਾਜੀ, ਉਹ ਜੱਗ ਜਾਣਦਾ ਹੋ ਪਰਾਂ ਸੁੱਟ ਕੇ ਗਲਾਸੀ ਦੂਰ ਕਰਕੇ ਉਹਦਾ ਸੀ, ਆ ਜਾ ਜਿੰਮ ਵਿੱਚ ਸਾਡੇ ਮਾਰਲਾ, ਜੇ ਕੋਈ ਚੰਗਾ ਕੰਮ ਕਰੂ ਨਾ ਮਾਪਿਆਂ ਦਾ ਬਣੋ, ਬਾਪੂ ਬੁੱਢਾ ਵੀ ਤਾਂ ਸਾਰੇ ਰੱਚ ਇੱਕ ਤਾਨ ਖੜੂ, ਹੋਵੇ ਜੇ ਕਿਸੇ ਦੀ ਚੰਗੀ ਔਲਾਦ ਤਾਂ ਮਾੜਾ ਜੱਗ ਸਾਰਦਾ, ਪਰਾਂ ਸੁੱਟ ਕੇ ਗਲਾਸੀ ਦੂਰ ਕਰਕੇ ਉਹਦਾ ਸੀ, ਆ ਜਾ ਜਿੰਮ ਵਿੱਚ ਸਾਡੇ ਨਾਲ ਡੰਡ ਮਾਰਲਾ। ਭਾਜੀ ਬਹੁਤ ਬਹੁਤ ਮਿਹਰਬਾਨੀ ਜੀ। ਭਾਜੀ ਆਪਣਾ ਡੋਲਾ ਕਿੰਨਾ? ਹਾਂਜੀ ਭਾਜੀ ਆਪਣਾ ਡੋਲਾ ਕਿੱਡਾ? ਮਾਫੀ ਚਾਹੁੰਦਾ ਜੀ, ਸਮਝ ਨਹੀਂ ਪਾ ਰਿਹਾ। ਮੈਂ ਕਿਹਾ ਡੋਲਾ ਡੋਲਾ ਦਾ ਡੋਲਾ ਕੀ ਸਾਈਜ਼ ਹੈ ਡੋਲੇ ਦਾ? ਮੇਰਾ ਭਾਜੀ 18 ਇੰਚ ਆ। ਭਾਜੀ ਸੱਚੀ ਦੱਸੋ? ਸੱਚੀ ਭਾਜੀ ਕਸਮ ਨਾਲ 18 ਇੰਚ ਡੋਲਾ। ਇੱਧਰ ਭਾਜੀ 14-15 ਤਾਂ ਨਹੀਂ ਜਾਂਦਾ, ਕੀ ਕਰੀਏ? ਹਾਂਜੀ ਭਾਜੀ ਇਹ 14-15 ਤਾਂ ਨਹੀਂ ਜਾਂਦਾ, ਕੀ ਕਰੀਏ? ਭਾਜੀ ਤੁਸੀਂ ਜਿੰਮ ਮਾਰਿਆ ਕਰੋ, ਵੱਧੋ ਵੱਧ ਮਿਹਨਤ ਕਰਿਆ ਕਰੋ, ਮੇਰੇ ਖਿਆਲ ਨਾਲ ਸਭ ਤੋਂ ਬੈਸਟ ਆ ਜੀ। ਭਾਜੀ ਪਟਿਆਲੇ ਦੀਆਂ ਜਿਹੜੀਆਂ, ਪਟਿਆਲੇ ਦੀਆਂ ਸਾਰੀਆਂ ਜਿੰਮਾਂ 'ਚ ਪੁੱਛ ਲਓ ਜਾ ਕੇ, ਮੈਂ ਸਾਰੀਆਂ ਜਿੰਮਾਂ 'ਚ ਵੜਿਆ ਹੁੰਦਾ, ਬਾਕੀ ਭਾਈ ਨੇ ਵੀ ਚੰਗੇ ਬਣਾਏ ਭਾਈ ਸਾਹਿਬ ਮਾੜਾ ਤੁਸੀਂ। ਆਹ ਵੇਖੋ ਇੱਧਰ ਵੀ ਆ, ਥੋੜ੍ਹਾ ਅੱਜ ਥੋੜ੍ਹਾ ਸੁੱਤਾ ਪਿਆ, ਹੁਣੇ ਜਾਗ ਕੇ ਤੁਰ ਗਿਆ। ਬਹੁਤ ਵਧੀਆ ਲੱਗ ਰਿਹਾ ਭਾਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ, ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ।
ਭਾਜੀ ਜਿੰਮ ਕਹਿੰਦੇ ਬੜੀ ਜ਼ਰੂਰੀ ਆ, ਆਪ ਜੀ ਜਿੰਮ 'ਚ ਕਿੰਨਾ ਟਾਈਮ ਲਾਉਂਦੇ ਆ? ਜਿੰਮ ਹਲੇ ਮੈਂ ਸਟਾਰਟ ਨਹੀਂ ਕਰਿਆ ਜੀ। ਅੱਛਾ, ਕਿਉਂ? ਬਸ ਥੋੜ੍ਹਾ ਜਿਹਾ ਬਿਜ਼ੀ ਸ਼ਡਿਊਲ ਹੈ ਜੀ, ਥੋੜ੍ਹਾ ਜਿਹਾ ਨਹੀਂ। ਪਰ ਮੈਨੂੰ ਲੱਗਦਾ ਕਿ ਇਹ ਫੀਲਡ ਜਿਹੜੀ ਹੈ, ਜਿੱਦਾਂ ਵੀਰੇ ਨੇ ਵੀ ਕਿਹਾ, ਕਿਤੇ ਨਾ ਕਿਤੇ ਵਿਖਾਵੇ ਦੀ ਫੀਲਡ ਆ। ਹਾਂਜੀ, ਇਹ ਤਾਂ ਹੈ ਜੀ, ਹੈ ਨਾ। ਵੀ ਹੁਣ ਲੋਕ ਵੀਡੀਓਜ਼ ਦੇਖਦੇ ਆ, ਤੁਹਾਨੂੰ ਫੋਲੋ ਕਰਦੇ ਆ, ਅਤੇ ਉਹਦੇ ਲਈ ਫਿਰ ਨਹੀਂ, ਮੈਂ ਬਸ ਥੋੜ੍ਹੀ ਦੇਰ 'ਚ ਕਰਨਾ ਜੀ ਸਟਾਰਟ। ਘੰਟੇ ਕੁ ਤੱਕ ਚੱਲੋਗੇ? ਬਸ ਦੋ ਚਾਰ ਦਿਨ 'ਚ ਸਟਾਰਟ ਹੈ ਜੀ। ਲਓ ਜੀ, ਦੋ ਚਾਰ ਦਿਨ 'ਚ ਇਹਨਾਂ ਨੇ ਸਟਾਰਟ ਕਰਨਾ, ਜਿਹੜਾ ਇਹਨਾਂ ਦਾ ਮੈਡਮ ਆਇਆ ਮਹੀਨੇ 'ਚ, ਉਹਨਾਂ ਨੇ ਸੌਂ ਖਾਧੀ ਆ। ਇਹ ਮੈਨੂੰ ਲੱਗਦਾ ਕਿ ਨਾ ਇਹਨਾਂ ਦਾ ਮਹੀਨਾ ਆਉਣਾ, ਨਾ ਇਹਨਾਂ ਦੇ ਦੋ ਚਾਰ ਦਿਨ ਆਉਣੇ ਆ। ਖੈਰ, ਚਲੋ ਕੋਈ ਚੱਕਰ ਨੀਗਾ ਬਾਈ, ਹੁਣ ਕੋਈ ਆਪਾਂ ਗਾਣੇ ਸੁਣਦੇ, ਬਾਈ ਕੋ ਗਾਣੇ ਲਈ ਬੁਲਾਇਆ ਹੋਇਆ, ਬਾਈ ਨਾਲ ਗਾਣੇ ਦੀਆਂ ਗੱਲਾਂ ਪਤਾ ਚੱਲ ਰਹੀਆਂ। ਸੋ ਬਾਈ ਜੀ, ਵੀਡੀਓ ਬਹੁਤ ਘੱਟ ਆ, ਇਹਨਾਂ ਦਾ ਕਾਰਨ ਕੀ ਰਿਹਾ? ਕਾਰਨ ਮੈਂ ਪਹਿਲਾਂ ਵੀ ਦੱਸਿਆ ਸੀ ਜੀ ਮੋਰਨਿੰਗ 'ਚ, ਵੀ ਥੋੜ੍ਹਾ ਜਿਹਾ ਇਕਨੋਮੀਕਲੋਂ, ਉਹਦੇ ਕਰਕੇ ਇਕਨੋਮੀਕਲ ਤੌਰ 'ਤੇ ਥੋੜ੍ਹਾ ਜੀ ਪਛੜੇ ਹੋਏ ਸੀ। ਅਤੇ ਤੁਹਾਡੇ ਯਾਰ ਦੋਸਤ ਕਿੰਨੇ ਕੁ ਨੇ? ਫਰੈਂਡ ਮੇਰੇ ਸਿਲੈਕਟਡ ਹੀ ਹੈ ਜੀ। ਸਿਲੈਕਟਡ? ਹਾਂਜੀ। ਉਹ ਸਪੋਰਟ ਕਰਦੇ ਆ? ਪੈਸੇ ਪੱਖੋਂ ਨਹੀਂ ਕਰਦਾ, ਕੋਈ ਖਾਸ ਨਹੀਂ ਜੀ। ਮੈਂ ਕਹਿ ਦਿੰਦਾ ਮਾੜਾ, ਉਹ ਭਾਈ ਪੈਸੇ ਵੱਲ ਸਪੋਰਟ ਕਰਿਆ ਕਰੋ, ਜ਼ਰੂਰੀ ਨਹੀਂ, ਜ਼ਰੂਰੀ ਆ ਸਾਰੇ ਪਾਸੋਂ। ਕੌਣ ਕੌਣ ਨੇ ਫਰੈਂਡ? ਨਾ ਹੁਣ ਭਾਅ ਜੀ, ਹੁਣ ਕਿਹਦਾ ਕਿਹਦਾ ਨਾਮ ਲਈਏ ਫਿਰ? ਚਲੋ, ਫੈਮਿਲੀ ਦੇ ਚੁੱਕੀ ਦੀ ਜਾ ਸਪੋਰਟ ਆ? ਫੈਮਿਲੀ 'ਚੋਂ ਮੇਰੇ ਮਦਰ, ਉਹ ਅੱਛਾ, ਮੇਰੇ ਵਾਈਫ, ਫਾਦਰ ਸਾਹਿਬ ਹੈ ਨੇ ਜੀ। ਓਕੇ, ਬਾਕੀ ਬੱਚਿਆਂ ਵੱਲੋਂ ਸਪੋਰਟ ਹੈ ਜੀ। ਓਕੇ, ਅਤੇ ਭਾਬੀ ਹੁਣੀ ਕਿੰਨੀ ਸਪੋਰਟ ਕਰਦੇ ਆ? ਫੁੱਲ ਸਪੋਰਟ ਹੈ ਜੀ ਉਹਨਾਂ ਵੱਲੋਂ। ਕਦੇ ਉਹਨਾਂ ਨੇ ਰੋਕਿਆ ਹੋਵੇ? ਨਹੀਂ। ਕਦੇ ਨਾਰਾਜ਼ ਹੋ ਗਏ ਹੁਣ? ਥੋੜ੍ਹਾ ਬਹੁਤ ਕਦੇ ਹੋ ਜਾਂਦੇ ਜੀ ਨਾਰਾਜ਼। ਉਹ ਕਿਹੜੀ ਗੱਲੋਂ? ਲੇਟ ਲੂਟ ਪ੍ਰੋਗਰਾਮਾਂ ਕਰਕੇ ਲੇਟ ਹੋ ਜਾਂਦਾ ਕਈ ਵਾਰੀ। ਹਾਂ, ਕਈ ਵਾਰ ਜਿੱਦਾਂ ਪੰਜ ਸੱਤ ਦਿਨ ਰੈਗੂਲਰ ਮਤਲਬ ਕਿ ਟਾਈਮ ਨਾ ਦੇ ਪਾਵਾਂ ਉਹਨਾਂ ਨੂੰ, ਥੋੜ੍ਹਾ ਬਹੁਤ ਉਦੋਂ ਹੋ ਜਾਂਦਾ। ਵੈਸੇ ਜੋ ਟਾਈਮ ਨਹੀਂ ਦਿੰਦੇ, ਰੋਟੀ ਦਿੰਦੇ? ਫਿਰ ਵੀ ਰੋਟੀ ਮਿਲ ਜਾਂਦੀ ਹੈ। ਬੜੀ ਚੰਗੀ ਭਾਬੀ ਸਾਡੀ ਹੈ, ਭਾਬੀ ਖੁਸ਼ ਹੋ ਰਹੇ ਹੋ, ਖੁਦ ਰਹਾ ਹੱਸ ਰਹੇ ਆ ਭਾਬੀ ਜੀ। ਕੋਲ ਜਿਹੜੀ ਗੱਲਬਾਤ ਕਰਦੇ ਤੇ ਕੌਣ ਨੇ ਕਿੱਥੋਂ ਕਾਲ ਕਰ ਰਹੇ ਨੇ? ਹੈਲੋ ਜੀ, ਭਾਜੀ ਪੈਰੀ ਪਹਿਣਾ ਕੀ ਹਾਲ ਜੀ? ਨਹੀਂ, ਚਲੋ ਬੜੀ ਅੱਛੀ ਗੱਲ ਆ ਜੀ, ਤੁਸੀਂ ਇੰਨੀਆਂ ਫਿਲਮਾਂ 'ਚ ਕੰਮ ਕੀਤਾ, ਇੰਨਾ ਤੁਹਾਡਾ ਨਾਮ ਆ, ਤੁਸੀਂ ਫਿਰ ਵੀ ਕਾਲ ਕਰਦੇ ਹੋ ਹਮੇਸ਼ਾ ਨੂੰ, ਉਹਦੇ ਲਈ ਧੰਨਵਾਦ ਬਹੁਤ ਤੁਹਾਡਾ। ਹੈਲੋ, ਥੈਂਕ ਯੂ ਭਾਜੀ, ਥੈਂਕ ਯੂ, ਧੰਨਵਾਦ ਜੀ। ਅਤੇ ਪੈਰੀ ਪਹਿਣਾ ਜੀ, ਥੈਂਕ ਯੂ, ਤੁਸੀਂ ਹਮੇਸ਼ਾ ਫੋਨ ਕਰਦੇ ਹੋ। ਉਹਨਾਂ ਨੇ ਕਿਹਾ ਸੈਡ ਸੌਂਗ, ਮਤਲਬ ਕਿ ਅੱਜ ਸੈਡ ਸੌਂਗ ਹੀ ਸੁਣਾਉਣੇ ਤੁਸੀਂ, ਅਤੇ ਆਪ ਨਹੀਂ ਰੋਣਾ ਪਰ। ਠੀਕ ਹੈ ਜੀ, ਅਤੇ ਕਿਹੜਾ ਸੁਣਾਉਣ ਲੱਗਿਆ? ਵਿਗੜ ਗਈ ਹੈ ਥੋੜ੍ਹੇ ਦਿਨਾਂ ਤੋਂ। ਇਹ ਭਾਬੀ ਨੂੰ ਕਿ ਵੈਸੇ? ਵੈਸੇ ਹੀ ਸੁਣਾ ਰਿਹਾ ਜੀ। ਭਾਬੀ ਨਾਲ ਵਿਗੜੀ ਕਦੇ? ਨਾ, ਠੀਕ ਹੈ, ਥੋੜ੍ਹੀ ਦੇਰ ਵਿਗੜਦੀ ਹੈ। ਨਹੀਂ, ਕਦੇ ਥੋੜ੍ਹਾ ਬਹੁਤ ਹੋ ਜਾਵੇ। ਜਦੋਂ ਭਾਬੀ ਰੁੱਸ ਜੇ ਫਿਰ ਕਿਹੜਾ ਗਾਣਾ ਸੁਣਾਉਂਦੇ ਹੁੰਦੇ ਹਾਂ? ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ? ਨਿਆਣੇ ਆਪਸ਼ਨ ਹੈਗੀ ਆ। ਕਿਆ ਬਾਤ ਹੈ! ਆਪਣਾ ਕਾਲ ਰੈਡੀ ਹੋ ਗਿਆ, ਪਹਿਲੇ ਉਹਨਾਂ ਨਾਲ ਗੱਲ ਕਰ ਲਈਏ, ਫਿਰ ਭਾਈ ਹੁਣਾਂ ਨੂੰ ਗਾਣਾ ਸੁਣਾਉਣਾ, ਉਹ ਵੀ ਆਪਾਂ ਸੁਣਾਉਣਾ। ਹਲੇ ਥੋੜ੍ਹਾ ਹੋਲਡ ਕਰ ਲੈਂਦੇ ਗਾਣੇ ਨੂੰ, ਕਿਉਂਕਿ ਕਾਲਰਸ ਦਾ ਸ਼ੋਅ ਆ ਜੀ। ਥੈਂਕ ਯੂ, ਫੋਨ ਕਰਦੇ ਹਾਂ ਸਾਰੇ। ਹੈਲੋ ਜੀ, ਜ਼ਿੰਦਗੀ ਨਹੀਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਪਿਆਰੀ, ਦਿਲ ਦੀਆਂ ਗੱਲਾਂ ਪ੍ਰੋਗਰਾਮ ਤੋਂ ਕਰਵਾਣ ਜਿੰਦ ਜਾਨ ਹਮਾਰੀ। ਥੈਂਕ ਯੂ ਜੀ। ਕੀ ਹੋਇਆ ਮੁਕੇਸ਼ ਜੀ, ਜੇ ਮੈਂ ਤੁਹਾਡੇ ਸਾਹਮਣੇ ਨਹੀਂ, ਸਭ ਤੋਂ ਪਹਿਲਾਂ ਕਬੂਲ ਕਰੋ, ਸਤਿ ਸ਼੍ਰੀ ਅਕਾਲ ਹਮਾਰੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਜੀ, ਠੀਕ ਠਾਕ ਹੋ? ਬਹੁਤ ਵਧੀਆ ਜੀ, ਨੌ ਮਰਨਾ ਹੋ ਆ ਭੇਜੀ, ਗੁਰਭੇਜ ਜੀ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖਾਸ ਸ਼ੁਕਰੀਆ ਚੜ੍ਹਦੀ ਕਲਾ। ਥੈਂਕ ਯੂ ਜੀ, ਸ਼ੁਕਰੀਆ ਜੀ। ਜਿਹੜਾ ਵਧੀਆ ਤੋਂ ਵਧੀਆ ਜਿਹੜੇ ਮਤਲਬ ਸਤਾਰੇ ਆ, ਜਿਹਨਾਂ ਨੂੰ ਹੋਰ ਨਿਖਾਰਨਾ ਇਹਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਜ਼ਰੀਏ, ਉਹਨਾਂ ਨੂੰ ਇਹ ਸਾਡੇ ਰੂਬਰੂ ਕਰਦਾ, ਬਹੁਤ ਧੰਨਵਾਦ ਆ ਜੀ। ਇਹ ਨਾ ਇੱਕ ਮਤਲਬ ਹੀਰੇ ਦਾ, ਜਿਵੇਂ ਹੀਰੇ ਨੂੰ ਤਰਾਸ਼ਦਾ ਹੁੰਦਾ ਨਾ ਜੌਹਰੀ,
ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਨਾ ਜੌਹਰੀ ਦਾ ਰੂਪ ਦਿੰਦੇ ਹਾਂ ਵੀ ਮਤਲਬ ਇਹ ਸਾਰੀ ਟੀਮ ਜੌਹਰੀ ਆ, ਇਹ ਹੀਰੇ ਨੂੰ ਤਰਾਸ਼ਦੀ ਆ। ਕੀ ਬਾਤ ਹੈ, ਥੈਂਕ ਯੂ ਭਾਜੀ ਇੰਨੀ ਐਪਰੀਸ਼ੀਏਸ਼ਨ ਦੇ ਲਈ, ਇੰਨਾ ਹੌਸਲਾ ਦੇਣ ਲਈ। ਤੁਸੀਂ ਹਮੇਸ਼ਾ ਕਾਲ ਕਰਦੇ ਹੋ ਸਾਨੂੰ, ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿਸੇ ਲਈ, ਟਾਈਮ ਕਰਨਾ ਬਹੁਤ ਟਫ ਗੱਲ ਅੱਜ, ਤੁਸੀਂ ਹਮੇਸ਼ਾ ਫੋਨ ਕਰਦੇ ਹੋ ਭਾਜੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਭਾਜੀ ਉਹਨਾਂ ਨਾਲ ਗੱਲ ਕਰੋ ਜੀ ਭਾਜੀ। ਹਾਂਜੀ ਭੇਜੀ ਗੁਰਭੇਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਰੂਬਰੂ ਨਵੇਂ ਤੋਂ ਨਵੇਂ ਸਿੰਗਰ ਹੁੰਦੇ ਆ ਕੇ, ਬਹੁਤ ਖੁਸ਼ੀ ਹੁੰਦੀ ਆ। ਸ਼ੁਕਰੀਆ ਜੀ, ਕਿਉਂਕਿ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਕਰੂੰਗਾ ਖਾਸ। ਕਿਉਂਕਿ ਮੈਂ ਟੀਵੀ ਹੁਣੇ ਹੀ ਲਾਇਆ ਸੀ, ਕਿਹੜੇ ਏਰੀਏ ਨੂੰ ਬਿਲੋਂਗ ਕਰਦੇ ਆ, ਉਸਤਾਦ ਕਿਹਨੂੰ ਧਾਰਿਆ, ਇੱਕ ਮੈਂ ਖਾਸ ਗੱਲ ਪੁੱਛਣੀ ਆ। ਆਮ ਤੌਰ ਤੇ ਜਦੋਂ ਕਲਾਕਾਰਾਂ ਦੇ ਨਾਲ ਕਿਸੇ ਵੀ ਚੈਨਲ ਤੇ ਇੰਟਰਵਿਊ ਸੁਣਦਾ, ਉੱਥੇ ਕਿਹਾ ਜਾਂਦਾ ਜੀ ਸਾਨੂੰ ਤਾਂ ਰਿਆਜ਼ ਦੀ ਲੋੜ ਨਹੀਂ ਪੈਂਦੀ, ਵੀ ਰਿਆਜ਼ ਕਿੰਨਾ ਚ ਜ਼ਰੂਰੀ ਆ, ਕਿਉਂਕਿ ਸਿੰਗਰ ਕਹਿੰਦਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਰਿਆਜ਼ ਕਰਨ ਦਾ ਜੀ। ਸਮਾਜਿਕ ਬੁਰਾਈਆਂ ਫੈਲੀਆਂ, ਉਹ ਜਦੋਂ ਬੰਦਾ ਸੁਣਦਾ ਵਾ, ਨੌਜਵਾਨ ਪੀੜ੍ਹੀ ਜਿਹੜੀ ਗਲਤ ਰਸਤੇ ਗਈ ਹੁੰਦੀ ਆ, ਭਟਕੀ ਹੁੰਦੀ ਆ, ਉਹ ਵਾਪਸ ਆ ਜਾਂਦੀ ਆ ਇਹਨਾਂ ਚੀਜ਼ਾਂ ਨੂੰ ਸੁਣ ਕੇ ਜੀ। ਸਹੀ ਗੱਲ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਭਾਜੀ, ਥੈਂਕ ਯੂ ਬਹੁਤ, ਧੰਨਵਾਦ ਭਾਜੀ। ਅਤੇ ਇੱਧਰ ਆਪਣੇ ਵਾਲਾ ਮੁੰਡਾ ਦੋ ਮਿੰਟ ਵਿਖਾਈ ਜਾਂਦਾ ਸੀ, ਮੈਂ ਡਰ ਗਿਆ, ਮੈਂ ਕਿਹਾ ਟਾਈਮ ਖਤਮ ਹੋ ਗਿਆ। ਉਹਨੇ ਵੀ 3 ਵਾਰੀ ਮੈਨੂੰ ਇਹੀ ਦਿਖਾਇਆ, ਕੋਈ ਨਹੀਂ ਕਾਕੇ ਨੂੰ ਲਿਆ, ਆਪਾਂ ਥੋੜ੍ਹਾ ਹੋਰ ਟ੍ਰੇਨਡ ਕਰ ਲੈਣਾ ਭਾਈ, ਬ੍ਰੇਕ ਲੈਣੀ ਆ ਜਾਇਓ ਕਿਤੇ ਨਾ, ਬ੍ਰੇਕ ਬਾਅਦ ਮਿਲਣਾ। ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਬਾਈ ਕੋਲੋਂ ਇੱਕ ਵਾਰੀ ਉਹ ਗਾਣਾ ਸੁਣ ਲਈਏ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਲਾਓ ਕੌਣ ਵੇ, ਤਾਂ ਮਨਾਓ ਕੌਣ ਵੇ, ਆਏ ਹਾਏ ਮੈਨੂੰ ਕੀ ਮਨਾਉਣਾ ਸੀ ਤੂੰ, ਆਪ ਰੁੱਸ ਚੱਲਿਆ, ਮੈਨੂੰ ਸਮਝਾਉਂਦਾ ਸੀ ਤੂੰ, ਆਪ ਉੱਕ ਚੱਲੇ ਓ, ਜੱਗ ਵੇਖਦਾ ਤਮਾਸ਼ਾ, ਜੱਗ ਵੇਖਦਾ ਤਮਾਸ਼ਾ, ਗਲ ਲਾਊ ਕੌਣ ਵੇ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਕਿਆ ਬਾਤ ਹੈ, ਦਿਲ ਦੀਆਂ ਗੱਲਾਂ। ਮੈਂ ਹੈਗਾ ਮੁਕੇਸ਼ ਵੋਰਾ, ਚੜ੍ਹਦੀ ਕਲਾ ਟਾਈਮ ਟੀਵੀ ਦਾ ਖਾਸ ਉਪਰਾਲਾ। ਨਾਲ ਨਾਲ ਤੁਹਾਨੂੰ ਦੱਸਦੀ ਹੈ ਵੀ ਆਪਾਂ ਇਹ ਵਾਲੇ ਸ਼ੋਅ ਨੂੰ ਫੇਸਬੁੱਕ 'ਤੇ, ਚੜ੍ਹਦੀ ਕਲਾ ਟਾਈਮ ਟੀਵੀ ਦੇ ਅਫੀਸ਼ੀਅਲ ਫੇਸਬੁੱਕ ਪੇਜ 'ਤੇ ਵੀ ਨਾਲ ਲਾਈਵ ਕਰਦੇ ਹਾਂ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਸਪੋਜ਼ ਕਰੋ ਤੁਸੀਂ ਇਸ ਵੇਲੇ ਟੀਵੀ ਦੇ ਲਾਗੇ ਨਹੀਂ ਹੈਗੇ, ਕਈ ਵਾਰ ਬੰਦੇ ਮਸਰੂਫੀਅਤ ਹੁੰਦੀ ਹੈ, ਬੰਦਾ ਕਿਸੇ ਟਰੈਵਲ ਕਰ ਰਿਹਾ ਹੁੰਦਾ, ਤਾਂ ਤੁਸੀਂ ਫੇਸਬੁੱਕ ਦੇ ਉੱਤੇ ਵੀ ਇਹ ਵਾਲਾ ਸ਼ੋਅ ਜਿਹੜਾ ਲਾਈਵ ਦੇਖ ਸਕਦੇ ਹੋ। ਸੋ ਜਿਹੜੇ ਜਿਹੜੇ ਇਸ ਵੇਲੇ ਵੀ ਫੇਸਬੁੱਕ 'ਤੇ ਦੇਖ ਰਹੇ ਨੇ ਸ਼ੋਅ, ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜੀ। ਬਹੁਤ ਲੰਬੀ ਲਿਸਟ ਹੈ ਜੀ ਇਸ ਵੇਲੇ, ਅਤੇ ਜਿੱਦਾਂ ਹੁਣ ਮੈਂ ਤਾਂ ਹੀਮਰਾਜ ਜੀ ਇਸ ਵੇਲੇ ਸ਼ੋਅ ਨੂੰ ਦੇਖ ਰਹੇ ਨੇ, ਥੈਂਕ ਯੂ ਭਾਜੀ। ਉਸ ਤੋਂ ਬਾਅਦ ਜੀ ਗੁਰੀ ਸਿੰਘ ਭਾਈ ਦੇਖ ਰਹੇ ਨੇ ਪ੍ਰੋਗਰਾਮ, ਥੈਂਕ ਯੂ। ਅਮਰੀਕ ਭਾਜੀ ਕਹਿੰਦੇ ਨੇ ਗੁੱਡ, ਥੈਂਕ ਯੂ ਭਾਜੀ। ਰਵੀ ਠਾਕੁਰ ਜੀ ਦੇਖ ਰਹੇ ਨੇ, ਕਰਮਜੀਤ ਸਿੰਘ ਜੀ ਦੇਖ ਰਹੇ ਨੇ, ਅਤੇ ਆਪਣਾ ਉਸ ਤੋਂ ਬਾਅਦ ਜੀ ਮੰਗਤ ਰਾਮ ਪਿੰਡ ਅਮਰਕੋਟ, ਗੁੱਡ, ਥੈਂਕ ਯੂ ਜੀ। ਸ਼ੰਕਰ ਰਾਏ ਜੀ, ਅਤੇ ਰੀਤੂ ਬਾਵਾ ਜੀ, ਅਤੇ ਰਵੀ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ ਫੇਸਬੁੱਕ 'ਤੇ, ਤੁਸੀਂ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਅਫੀਸ਼ੀਅਲ ਫੇਸਬੁੱਕ ਪੇਜ 'ਤੇ ਜਾ ਕੇ। ਹੁਣ ਵਾਪਸ ਆਉਂਦੇ ਹਾਂ ਭਾਜੀ ਕੋਲ। ਭਾਜੀ ਵੈਸੇ ਤੁਸੀਂ ਪਰਸਨਲੀ ਜਦੋਂ ਇਕੱਲੇ ਡਰਾਈਵ ਕਰ ਰਹੇ ਹੁੰਦੇ ਆ ਜਾਂ ਇਕੱਲੇ ਬੈਠੇ ਹੁੰਦੇ ਆ, ਉਸ ਵੇਲੇ ਕਿਹੜਾ ਗਾਣਾ ਜਿਹੜਾ ਤੁਸੀਂ ਪਰਸਨਲੀ ਗੁਣਗੁਣਾਉਂਦੇ ਹੋ, ਤੁਹਾਨੂੰ ਲੱਗਦਾ ਵੀ ਆਹ ਗਾਣਾ ਮੈਨੂੰ ਬੜਾ ਸਕੂਨ ਦਿੰਦਾ? ਵਿਗੜ ਗਈ ਹੈ ਥੋੜ੍ਹੇ ਦਿਨ ਇਹ, ਤੁਸੀਂ ਇੱਦਾਂ ਦੇ ਕੋ ਕਦੇ ਰੁੱਸ ਪੈਂਦੇ ਹੋ, ਕਦੇ ਵਿਗੜ ਪੈਂਦੇ ਹੋ, ਇਹ ਕਿਉਂ? ਨਹੀਂ ਕੁਛ ਮੈਨੂੰ ਵੀ ਸਮਝ ਨਹੀਂ ਲੱਗਿਆ ਜੀ, ਹੈਂ ਮੈਨੂੰ ਆਪਣੇ ਆਪ ਨੂੰ ਵੀ ਸਮਝ ਨਹੀਂ ਲੱਗਦਾ ਜੀ। ਤਾਂ ਤੁਸੀਂ ਆਪ ਨਹੀਂ ਸਮਝਦੇ, ਲੋਕਾਂ ਨੂੰ ਕੀ ਸਮਝਾਵਾਂਗੇ ਆਪਾਂ, ਹੈਂ? ਵਿਗੜ ਗਈ ਹੈ, ਫੋਨ ਆ ਗਿਆ, ਦੇਖਦੇ ਕੌਣ ਹੈ ਜੀ। ਹੈਲੋ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਆ ਗਿਆ ਮੱਥਾ ਟੇਕਦਾ ਜੀ, ਕੀ ਹਾਲ ਨੇ? ਭੁੱਖ ਬਹੁਤ ਲੱਗਦੀ ਵੈਸੇ ਵੀ, ਮੈਂ ਜੀ ਕਰਦਾ ਵੀ ਐਪੀਸੋਡ ਨੂੰ ਇੱਥੇ ਕਰੀਏ ਬੰਦ, ਤੇ ਫਟਾਫਟ ਦਿੱਲੀ ਪਹੁੰਚ ਜਾਈਏ। ਕਿਸੇ ਟਾਈਮ ਖਾਓ ਰੋਟੀ ਤੁਹਾਨੂੰ, ਵੈਸੇ ਮੈਂ ਤੁਹਾਨੂੰ ਗੱਲ ਸਲਾਹ ਦੇਵਾਂ, ਦਿੱਲੀ ਨਾ ਮਹਿੰਗਾ ਬਹੁਤ ਆ, ਤੇ ਦਿੱਲੀ ਸਾਰਾ ਕੁਝ ਵਾਈਂਡ ਅਪ ਕਰਕੇ ਨਾ ਪਟਿਆਲੇ ਦੁਕਾਨ ਦੁਕਾਨ ਖੋਲ ਕੇ ਪਟਿਆਲੇ ਵਧੀਆ ਘਰ ਲੈ ਲਓ, ਇੱਥੇ ਇਸੇ ਵਾਰ ਨਹੀਂ ਪਹੁੰਚ ਜਾ ਰੋਟੀ ਖਾਣ। ਥੈਂਕ ਯੂ ਆਂਟੀ, ਥੈਂਕ ਯੂ ਆਂਟੀ, ਥੈਂਕ ਯੂ ਆਂਟੀ ਜੀ। ਅੰਕਲ ਜੀ ਦਾ ਕੀ ਹਾਲ ਆ? ਠੀਕ ਨੇ, ਵੇਖ ਰਹੇ ਪ੍ਰੋਗਰਾਮ?
ਅੱਜ ਲੇਟ ਹੋ ਗਏ ਆ ਮੈਂ ਹੁਣੇ ਗੱਲ ਕਰ ਰਿਹਾ ਸੀ, ਸੈਡ ਸੌਂਗ ਪਸੰਦ ਕਰਦੇ ਹੋ ਤੁਸੀਂ? ਸੈਡ ਸੌਂਗ ਪਸੰਦ ਕਰਦੇ ਹੋ ਜੀ? ਹਾਂ। ਚਲੋ ਮੈਂ ਸੈਡ ਸੁਣਾ ਰਿਹਾ ਜੀ ਤੁਹਾਨੂੰ। ਹਾਂਜੀ, ਥੈਂਕ ਯੂ ਆਂਟੀ, ਥੈਂਕ ਯੂ। ਵਿਗੜ ਗਈ ਏ ਥੋੜੇ ਦਿਨਾਂ ਤੋਂ, ਵਿਗੜ ਗਈ ਏ ਥੋੜੇ ਦਿਨਾਂ ਤੋਂ, ਦੂਰੀ ਪਈ ਏ ਥੋੜੇ ਦਿਨਾਂ ਤੋਂ, ਵਿਗੜ ਗਈ ਏ ਥੋੜੇ ਦਿਨਾਂ ਤੋਂ। ਕਿਉਂਕਿ ਸਰਦੀ ਦਾ ਮੌਸਮ ਜੀ, ਥੋੜਾ ਗਲੇ 'ਚ ਪ੍ਰੋਬਲਮ ਆ ਜਾਂਦੀ। ਅੱਜ ਤੇ ਹੀਟਰ ਆਨ ਕਰੋ ਭਾਈ। ਹਾਂ ਚਲੋ। ਤੇਰੇ ਹੁੰਦੇ ਆ ਪੀਂਦੇ ਨਹੀਂ ਸਾਂ, ਤੇਰੇ ਹੁੰਦੇ ਵਿਗੜ ਗਈ ਏ ਥੋੜੇ ਦਿਨਾਂ ਤੋਂ, ਵਿਗੜ ਗਈ ਏ ਥੋੜੇ ਦਿਨਾਂ ਤੋਂ। ਸੋ ਬਈ ਵਿਗੜ ਗਈ ਤੋਂ ਬਾਅਦ ਦੱਸਦੀ ਵੀ ਜਿਹਨਾਂ ਜਿਹਨਾਂ ਹੈਪੀ ਵਾਲਾ ਬਰਥਡੇ ਆ ਉਹਨਾਂ ਨੂੰ ਬੜੇ ਬਹੁਤ ਵਧਾਈਆਂ ਜੀ। ਅਤੇ ਅੱਜ ਬਹੁਤ ਸਾਰੇ ਬਰਥਡੇ ਨੇ, ਉਹਨਾਂ 'ਚ ਗੁਰਮੀਤ ਮਾਵੀ ਭਾਈ ਦਾ ਜਨਮਦਿਨ ਹੈ ਭਾਅ ਜੀ, ਬਹੁਤ ਬਹੁਤ ਤੁਹਾਨੂੰ ਜਨਮਦਿਨ ਦੀਆਂ ਵਧਾਈਆਂ ਜੀ। ਮਨ ਵੀ ਭਾਅ ਜੀ, ਸੋ ਅੱਜ ਜਨਮਦਿਨ ਹੈਗਾ ਜੀ, ਬਹੁਤ ਲੰਬੀ ਲਿਸਟ ਆਪਣੇ ਕੋਲ ਜਿਹਨੇ ਪਹੁੰਚੀ ਹੈ। ਸੋ ਜਿਹਨਾਂ ਜਿਹਨਾਂ ਬਰਥਡੇ ਆ ਪੂਰੀ ਟੀਮ ਵੱਲੋਂ, ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ। ਹਮੇਸ਼ਾ ਖੁਸ਼ ਰਹੋ ਜੀ, ਚੜ੍ਹਦੀਆਂ ਕਲਾਵਾਂ ਵਿੱਚ ਰੱਖੋ ਅਤੇ ਹਮੇਸ਼ਾ ਚੰਗੇ ਚੰਗੇ ਕੰਮ ਕਰੋ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰੋ। ਅਕਸ਼ੈ ਜੀ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਜਨਮਦਿਨ ਦੀਆਂ ਬਹੁਤ ਵਧਾਈਆਂ। ਸੋ ਤੁਸੀਂ ਵੀ ਆਪਣੇ ਬਰਥਡੇ 'ਤੇ ਸਾਨੂੰ ਫੋਟੋ ਜ਼ਰੂਰ ਭੇਜਿਆ ਕਰੋ, ਜਾਂ ਤੁਹਾਡੀ ਮੈਰਿਜ ਯੂਨੀਵਰਸਿਟੀ ਤਾਂ ਵੀ ਫੋਟੋ ਭੇਜਿਆ ਕਰੋ। ਸੋ ਅੱਜ ਜਿਹਨਾਂ 'ਚ ਬਰਥਡੇ ਹੈਗਾ ਉਹਨਾਂ ਦੇ ਵਿੱਚ ਬਹੁਤ ਹੀ ਸੀਨੀਅਰ ਡਾਇਰੈਕਟਰ ਨੇ, ਸਾਡੇ ਬਹੁਤ ਹੀ ਪਰਮ ਮਿੱਤਰ ਨੇ, ਸਾਡੇ ਚੈਨਲ ਦਾ ਹੀ ਇੱਕ ਪਾਰਟ ਨੇ, ਦੇਵੀ ਦਾਦੀ, ਉਹਨਾਂ ਦਾ ਜਨਮਦਿਨ ਹੈ ਜੀ। ਉਹਨਾਂ ਦੀ ਤੁਸੀਂ ਫਿਲਮ ਵੀ ਦੇਖੀ ਹੋਣੀ ਹੈ ਜੀ, ਪੰਜਾਬੀ ਫਿਲਮ ਰਵਨੀਤ ਨੂੰ ਲੈ ਕੇ ਬਹੁਤ ਸੋਹਣੀ ਫਿਲਮ ਬਣਾਈ ਸੀ ਉਹਨਾਂ ਦੀ, ਜੱਟ ਵਰਸਿਸ ਆਇਲਸ। ਅਤੇ ਟੀ ਵੀ ਸਾਡੇ ਚੈਨਲ ਦੇ ਲਈ ਵੀ ਬਹੁਤ ਸ਼ੋਅਜ਼ ਜਿਹੜੇ ਨੇ ਉਹ ਚੱਲਦੇ ਰਹਿੰਦੇ ਉਹਨਾਂ ਦੇ। ਸੋ ਜਿਹੜੀ ਐਸੀਆਂ ਸ਼ਖੀਅਤਾਂ ਜੋ ਤੁਹਾਡੇ ਨਾਲ ਜੁੜਦੀਆਂ ਨੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੋਰਲ ਸਪੋਰਟ ਇੱਕ ਦੂਜੇ ਦੀ ਮਿਲਦੀ ਹੈ। ਸੋ ਦੇਵੀਦਾਸ ਸਾਹਿਬ ਅੱਜ ਇਸ ਵੇਲੇ ਸਟੂਡੀਓ ਵਿੱਚ ਹੈਗੇ ਨਹੀਂ, ਮੈਨੂੰ ਲੱਗਦਾ ਪਾਰਟੀ ਦੇ ਅੰਦਰ ਮਾਰੇ ਭੱਜ ਗਏ ਨੇ ਉਹ, ਪਰ ਕੋਈ ਚੱਕਰ ਨਹੀਂ, ਸ਼ਾਇਦ ਜਿੱਦਾਂ ਤੁਸੀਂ ਵਾਪਸ ਆਏ ਤੁਹਾਡੇ ਪਾਰਟੀ ਵੱਲ ਲੈ ਲੈਣੀ ਹੈ, ਆਪਾਂ ਨਹੀਂ ਛੱਡਣਾ ਤੁਹਾਨੂੰ। ਸੋ ਹੈਪੀ ਵਾਲਾ ਬਰਥਡੇ ਜੀ। ਸੋ ਬਾਕੀ ਕਿਰਨ ਜੀ ਦਾ ਬਰਥਡੇ ਆ, ਉਹਨਾਂ ਨੇ ਜਨਮਦਿਨ ਵਧਾਈਆਂ। ਮਨਪ੍ਰੀਤ ਕੌਰ ਜੀ ਦਾ ਬਰਥਡੇ ਆ, ਉਹਨਾਂ ਨੂੰ ਵੀ ਹੈਪੀ ਵਾਲਾ ਬਰਥਡੇ ਆ। ਸੋ ਤੁਸੀਂ ਆਪਣੀ ਫੋਟੋ ਜ਼ਰੂਰ ਭੇਜਿਆ ਕਰੋ, ਅਤੇ ਜੇ ਤੁਹਾਡੇ ਕਿਸੇ ਕਿਡ ਦਾ ਬਰਥਡੇ ਹੈਗਾ ਆ, ਜਾਂ ਤੁਹਾਡੇ ਮਦਰ ਫਾਦਰ ਦਾ, ਕਿਸੇ ਦਾ ਬਰਥਡੇ ਜਾਂ ਮੈਰਿਜ ਯੂਨੀਵਰਸਰੀ ਆ, ਤਾਂ ਜ਼ਰੂਰ ਸ਼ੇਅਰ ਕਰਿਆ ਕਰੋ। ਮੋਨਿਕਾ ਹਾਂਡਾ ਜੀ ਦਾ ਜਨਮਦਿਨ, ਉਹਨਾਂ ਨੂੰ ਜਨਮਦਿਨ ਵਧਾਈਆਂ। ਬੈਕ ਟੂ ਭਾਅ ਜੀ ਕੋਲ। ਭਾਅ ਜੀ, ਇਹ ਲਾਈਨ ਸਭ ਨੂੰ ਪਤਾ ਕਿ ਮਹਿੰਗੀ ਹੋ ਗਈ ਆ, ਹੈ ਨਾ? ਸਟਰਗਲ ਬਹੁਤ ਜ਼ਿਆਦਾ ਲਾਈਨ ਦੇ ਵਿੱਚ। ਹਾਂਜੀ, ਕਦੇ ਲੱਗਾ ਅਪ ਡਾਊਨ ਇੱਦਾਂ ਵੀ ਯਾਰ ਛੱਡਦਾ ਲਾਈਨ, ਕਿਸੇ ਵੇਲੇ ਮਨ ਟੁੱਟਿਆ ਹੋਵੇ, ਹੌਸਲਾ ਚੜਿਆ ਹੋਵੇ, ਵੀ ਨਹੀਂ ਯਾਰ ਰਹਿਣ ਦੀ, ਕੁਛ ਹੋਰ ਕਰ ਲਈਏ ਯਾਰ, ਜਾਂ ਜਿਹੜਾ ਬਿਜ਼ਨਸ ਕਰਦੇ ਪਿਆ ਉੱਧਰ ਧਿਆਨ ਜ਼ਿਆਦਾ ਦੇ ਲਈਏ ਯਾਰ। ਨਹੀਂ, ਹੁਣ ਮਤਲਬ ਕਿ ਇੰਨਾ ਅੱਗੇ ਲੰਘ ਚੁੱਕਾ ਜੀ, ਵੀ ਹੁਣ ਬੈਕ ਮੁੜਨਾ ਮੁਸ਼ਕਿਲ ਹੈ ਜੀ। ਮਤਲਬ ਕਿ ਡੋਲਦੇ ਨਹੀਂ, ਮਿਹਨਤ ਕਰਾਂਗੇ ਜੀ ਅੱਗੇ ਤੱਕ, ਜਿੰਨਾ ਕਿਆ ਬਾਤ ਹੈ, ਪਰਮਾਤਮਾ ਜਿੰਨੇ ਸਾਥ ਦਿੱਤੇ ਉਹਨਾਂ ਨੇ। ਸੋ ਮੈਂ ਭਾਅ ਜੀ ਹੁਣਾਂ ਦੱਸਦਾ ਜੀ, ਭਾਅ ਜੀ ਹੁਣੀ ਵਾਕਈ ਬੜੇ ਪਿਆਰੇ ਬੰਦੇ ਨੇ। ਅੱਜ ਸਪੈਸ਼ਲ ਭਾਅ ਜੀ ਨਵੇਂ ਚਿੱਟੇ ਬੂਟ ਪਾ ਕੇ ਆਏ ਸੀਗੇ, ਅਤੇ ਨਵੇਂ ਹੀ ਲਿੱਤੇ ਉਹਨਾਂ ਨੇ, ਅਤੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਆਉਣੇ ਨਹੀਂ ਸ਼ੋਅ 'ਚ। ਮੈਂ ਚੱਲ ਬੂਟ ਲੈ ਕੇ ਆਇਆ ਨਵੇਂ, ਵੀ ਮੈਂ ਨਵੇਂ ਬੂਟ ਪਾ ਕੇ ਜਾਣਾ, ਇਹ ਨਹੀਂ ਪਤਾ ਵੀ ਸਾਡੇ ਵਾਲੇ ਇਹ ਵਾਲੇ ਸ਼ੋਅ 'ਚ ਬੂਟ ਨਹੀਂ ਆਉਂਦੇ ਗੱਲੇ। ਮੈਂ ਤਾਂ ਕਰਕੇ ਖਾ ਦੋ, ਖਾ ਦੋ ਮੈਂ ਚੱਕ ਦੋ ਇੱਧਰ, ਲੰਬੇ ਬੰਦੇ ਵੀ ਬਰਾਉਣ ਤਾਂ ਮੇਰੀ ਬੂਟ ਹੁੰਦੇ ਮੈਂ। ਬਾਕੀ ਜੀਨਸ ਦੀ ਪੈਂਟ ਹੈ ਜੀ। ਅੱਛਾ, ਇਹ ਨਵੀਂ ਹੈ? ਹਾਂਜੀ ਨਵੀਂ ਹੈ। ਇਹ ਵੀ ਨਵੇਂ ਆ? ਹਾਂਜੀ, ਸਾਰੇ ਕੱਪੜੇ ਨਵੇਂ ਬਾਈ ਖਰੀਦ ਕੇ ਲੈ ਕੇ ਆਏ ਆ। ਮੈਂ ਦੱਸਦਾ ਕਿਉਂਕਿ ਬਾਈ ਜੀ ਨੇ ਹੁਣ ਵੀ ਕਰਦੇ ਕਰਦੇ ਤੇ ਐਂ ਕਰੀ ਜਾਂਦੇ ਵੀ ਮੈਨੂੰ ਬੂਟ, ਮੈਂ ਮੇਰਾ ਕੋਈ ਸੂਰ ਬੂਟ ਨਹੀਂ ਆਉਂਦੇ ਪਿਆ, ਮੈਂ ਕੁਛ ਨਹੀਂ ਕਰ ਸਕਦਾ।
ਕਿਆ ਜੀ ਕਾਲ ਅੜੀ ਚੁੱਕੀ, ਗੱਲਬਾਤ ਕਰਦੇ ਦੇਖਦੇ ਕੌਣ ਨੇ ਕਿਤੇ ਕਾਲ ਕਰ ਰਹੇ। ਹੈਲੋ ਜੀ, ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਜੀ, ਠੀਕ ਠਾਕ ਹੋ? ਹਾਂਜੀ ਠੀਕ, ਵਧੀਆ। ਆਪਣਾ ਨਾਮ ਦੱਸ ਦਿਓ ਜੀ, ਕਿੱਥੋਂ ਕਾਲ ਕਰ ਰਹੇ ਹੋ? ਤਰਨ ਤਾਰਨ ਤੋਂ ਕਾਲ ਕਰਨ ਦੀ ਹੈ ਜੀ, ਨਾਮ ਦੱਸ ਦਿੰਦੇ। ਓਕੇ, ਤੇ ਥੈਂਕ ਯੂ, ਇੰਨੀ ਦੂਰੋਂ ਫੋਨ ਕਰਦੇ ਜੀ, ਤਰਨ ਤਾਰਨ ਤੋਂ। ਹੁਣ ਤੇ ਤਰਨ ਤਾਰਨ ਜਿਹੜਾ ਅਲੱਗ ਜ਼ਿਲ੍ਹਾ ਹੋ ਗਿਆ, ਨਹੀਂ ਤੇ ਪਹਿਲੇ ਅੰਮ੍ਰਿਤਸਰ ਸਾਰਾ ਪਾਰਟ ਹੀ ਸੀਗਾ, ਹਨਾ ਜੀ? ਹਾਂਜੀ ਹਾਂਜੀ। ਚਲੋ, ਕੀ ਕਰਦੇ ਹੋ ਤੁਸੀਂ ਮੈਮ? ਕੁਛ ਨਹੀਂ, ਹਾਊਸਵਾਈਫ। ਓ ਓਕੇ, ਤੇ ਫਿਰ ਭਾਈ ਸਾਹਿਬ ਨਾਲ ਕਰੋ ਗੱਲ ਜੀ, ਆਏ ਨੇ ਜੀ, ਇਹਨਾਂ ਨੂੰ ਗਾਣਾ ਸੁਣੋ ਜਿਹੜਾ ਸੁਣਨਾ ਚਾਹੁੰਦੇ ਹੋ ਜੀ। ਭਾਈ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਜੀ? ਠੀਕ ਹੈ ਜੀ। ਤੇ ਤੁਸੀਂ ਜਿਹੜਾ ਤੁਹਾਡਾ ਨਵਾਂ ਗੀਤ ਆਇਆ ਨਾ, ਉਹ ਸੁਣਾ ਦਿਓ। ਅੱਛਾ ਜੀ, ਲਾਡਲੀ। ਜਿਹੜੀ ਪਤਲੀ ਪਤੰਗ ਮੁਟਿਆਰ ਹੈ, ਹੌਲਾ ਫੁੱਲਾਂ ਲੱਗ ਹੌਲਾ ਫੁੱਲਾਂ ਨਾਲੋਂ ਲੱਗੇ ਜੀ ਦਾ ਭਾਰ ਹੈ, ਘਰੇ ਕੁੜੀਆਂ ਤੇ ਸਰਦਾਰੀ ਗੱਲ ਗੱਲ ਤੇ ਅੜਦੀਆਂ, ਹੋ ਲਾਡੀ ਮਾਪਿਆਂ ਨੇ ਰੱਖੀ ਲਾਡਲੀ ਤੇਰੇ ਲਾਡਲੇ ਤੇ ਮਰਦੀਆਂ, ਲਾਡੀ ਮਾਪਿਆਂ ਨੇ ਰੱਖੀ ਲਾਡਲੀ ਤੇਰੇ ਲਾਡਲੇ ਤੇ ਮਰਦੀਆਂ। ਕਿੱਥੇ ਜੀ, ਕਿੱਥੇ ਜਾਣਾ ਤੁਸੀਂ? ਉੱਥੇ ਜਾਣਾ, ਪ੍ਰੋਗਰਾਮ ਆ ਗਿਆ। ਗੱਲਾਂ ਬਾਤਾਂ ਆਪਣੀਆਂ ਜਾ ਰਹੀਆਂ, ਤੁਹਾਨੂੰ ਪਤਾ ਜਦੋਂ ਗਾਣਾ ਸ਼ੁਰੂ ਹੁੰਦਾ ਉਦੋਂ ਆਪਾਂ ਫਿਰ ਵੀ ਬੋਲਦੇ ਰਹੀਦਾ ਕੋਨਾ ਕੋ, ਚਾਰਜ ਜਿਹਾ ਰੱਖਣਾ ਹੁੰਦਾ ਆਰਟਿਸਟ ਨੂੰ। ਸੋ ਉਹਦੀਆਂ ਵੀ ਗੱਲਾਂ ਬਾਤ ਚੱਲ ਰਹੀਆਂ ਸੀਗੀਆਂ, ਮੈਂ ਦੱਸ ਰਿਹਾ ਸੀਗਾ ਮੈਂ ਜਾਣਾ ਕਿਤੇ, ਕਿੱਥੇ ਜਾਣਾ ਤੁਸੀਂ? ਮੈਂ ਜਾਣਾ ਕਿਤੇ ਹੀ ਕੰਮਾਂ ਕਰ ਰਹੇ, ਫਿਰ ਦੇਵਾਂ ਕਿਤੇ ਨਾ ਕਿਤੇ। ਭਾਅ ਜੀ, ਅੱਗੇ ਗਾਂ ਹੁਣ ਅੱਗੇ ਫਿਊਚਰ ਦੇ ਵਿੱਚ ਕੀ ਪਲੈਨਸ ਨੇ, ਕੀ ਹੋਰ ਨਵਾਂ ਕਰਨਾ ਆ ਰਿਹਾ? ਫਿਊਚਰ 'ਚ ਕਾਫੀ ਪਲਾਨ ਨੇ ਜੀ, ਇੱਕ ਸਿੰਗਲ ਟਰੈਕ ਕਰ ਰਹੇ ਜੀ, ਓਕੇ, ਅਤੇ ਇੱਕ ਡਿਊਟ ਕਰ ਰਹੇ ਜੀ, ਓਕੇ, ਉਸ ਤੋਂ ਬਾਅਦ ਇੱਕ ਸੂਫੀ, ਓਕੇ। ਅਤੇ ਡਿਊਟ ਕਿੰਨਾ ਪਲੈਨ ਕਰ ਰਹੇ ਹਾਂ? ਡਿਊਟ ਕਰ ਰਹੇ ਜੀ, ਸਿੰਗਰ ਹੈ ਜੀ ਮੈਡਮ ਨੂਰ ਗਰਨੂਰ, ਮੈਡਮ ਹੀ ਹੋਣਗੇ? ਹਾਂਜੀ, ਨੂਰ ਗਰਨੂਰ, ਦੋ ਜਾਣੇ ਆ? ਸਿੰਗਲ ਹੈ ਜੀ। ਅਗਲਾ ਕਹੇ ਤੁਸੀਂ ਵੀ ਦੋ ਜਾਣੇ, ਇੱਕ ਭੇਜੀਏ ਤੇ ਗੁਰ ਭੇਜਿਆ ਕੌਣ ਅੜੀ ਵੀ ਗੱਲਬਾਤ ਕਰਦੇ ਨੇ, ਕੌਣ ਨੇ ਕਿੱਥੇ ਕਾਲ ਕਰ ਰਹੇ ਨੇ? ਹੈਲੋ ਜੀ, ਹੈਲੋ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਆਪਣਾ ਨਾਮ ਦੱਸ ਦਿਓ, ਕਿੱਥੋਂ ਕਾਲ ਕਰ ਰਹੇ ਹੋ? ਮੈਂ ਸਰ ਚੰਡੀਗੜ੍ਹ ਤੋਂ ਬੋਲ ਰਿਹਾ ਜੀ। ਚੰਡੀਗੜ੍ਹ ਤੋਂ ਜੀ। ਭਾਅ ਜੀ ਕੀ ਨਾਮ ਜੀ? ਮੇਰਾ ਨਾਮ ਹੈਗਾ ਜੀ ਅਜੀਤ ਸਿੰਘ। ਅਜੀਤ ਸਿੰਘ, ਅਜੀਤ ਸਿੰਘ। ਭਾਅ ਜੀ ਇਹ ਭੇਜੀ ਸਾਹਿਬ ਆਏ ਨੇ, ਕਰੋ ਗੱਲ ਪਲੀਜ਼ ਉਹਨਾਂ ਨਾਲ ਜੀ। ਭਾਅ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਧੀਆ ਸਰ, ਵਧੀਆ ਜੀ। ਪਛਾਣ ਲਿਆ ਕਿ ਨਹੀਂ? ਕੌਣ ਸਰ? ਅਜੀਤ ਬੋਲ ਰਿਹਾ, ਅਜੀਤ। ਅੱਛਾ, ਹਾਂ ਅਜੀਤ, ਕੀ ਹਾਲ ਹੈ? ਵਧੀਆ, ਬਹੁਤ ਵਧੀਆ। ਹਾਂਜੀ ਹਾਂਜੀ, ਮੇਰੇ ਫਰੈਂਡ ਹੈ ਜੀ। ਅੱਛਾ, ਕਰੋ ਗੱਲ ਫਿਰ। ਮੋਹਾਲੀ, ਮੋਹਾਲੀ ਰਹਿ ਰਹੇ ਹੁਣ? ਹੈ ਮੋਹਾਲੀ? ਹਾਂਜੀ ਹਾਂਜੀ, ਮੋਹਾਲੀ। ਹੋਰ ਠੀਕ ਠਾਕ, ਘਰ ਪਰਿਵਾਰ? ਵਧੀਆ, ਬਿਲਕੁਲ ਵਧੀਆ, ਤੁਸੀਂ? ਚਲੋ, ਬਾਈ ਚਾਂਸ ਫੇਸਬੁੱਕ ਤੇ ਦੇਖਿਆ ਤੇ ਮੈਂ, ਚਲੋ ਅਸੀਂ ਵੀ ਕਾਲ ਕਰਕੇ ਫਿਰ ਵਧਾਈ ਹੁੰਦੀ ਹੈ। ਥੈਂਕ ਯੂ, ਥੈਂਕ ਯੂ, ਇੰਟਰਵਿਊ ਆਇਆ, ਥੈਂਕ ਯੂ ਜੀ। ਦੋਸਤ ਨਾਲ ਖੋਲ ਕੇ ਕਰ ਦੋ, ਦੋਸਤ ਨਾਲ ਨਰਵਸ ਹੋ ਜਾਂਦੇ, ਪੈਸੇ ਪੁੱਛਦੇ ਨਾ ਦੇਣੇ, ਤਾਂ ਡਰ ਲੱਗੇ ਵੀ ਆ ਫੋਨ ਕੇ ਸਾਰੇ ਪੈਸੇ ਨਾ ਮੰਗ ਲਏ। ਭਾਜੀ ਇਹ ਏਦਾਂ ਹੀ ਸ਼ਰਮਾਉਂਦੇ ਜੇ ਰਹਿੰਦੇ ਆ ਕਿ ਜਾਣ ਕੇ ਕਰਦੇ ਪਏ ਆ? ਕੀ ਕਹਿੰਦੇ? ਇਹ ਵੈਸੇ ਵੀ ਏਦਾਂ ਸ਼ਰਮਾਉਂਦੇ ਰਹਿੰਦੇ ਕਿ ਜਾਣ ਕੇ ਕਰ ਰਹੇ ਆ? ਮੈਂ ਕਿਹਾ ਇਹ ਵੈਸੇ ਵੀ ਸ਼ਰਮਾਉਂਦੇ ਰਹਿੰਦੇ ਆ ਕਿ ਜਾਣ ਕੇ ਅੱਜ ਕਰ ਰਹੇ ਆ? ਇਨਸਾਨ ਨੇ ਸਾਡਾ ਜਿਹੜਾ ਫਰੈਂਡ ਹੈ ਉਹ ਵੀ ਨੈਚੁਰਲ ਹੈ ਜੀ। ਤਾਰੀਫਾਂ ਕਰੋ ਇੱਕ ਦੂਜੇ ਦੀਆਂ, ਉਦਾਂ ਹੀ ਹੋਏਗਾ। ਭਾਜੀ ਫਿਰ ਕਿਹੜਾ ਗਾਣਾ ਸੁਣਨਾ ਭਾਜੀ ਉਹਨਾਂ ਕੋਲ? ਗਾਣਾ ਆਪਣੀ ਮਰਜ਼ੀ ਨਾਲ ਕੋਈ ਵੀ ਸੁਣਾ ਦੇਣ, ਮੇਰੇ ਹਿਸਾਬ ਨਾਲ ਤਾਂ ਯਾਰ, ਅਸੀਂ ਤਾਂ ਯਾਰ ਵੇਲੀ ਹੈਗੇ ਤਾਂ ਯਾਰ ਅਨਮੁੱਲੇ ਸੁਣਾਉਣ ਤਾਂ ਵਧੀਆ ਗੱਲ, ਯਾਰ ਅਨਮੁੱਲੇ। ਚਲੋ ਦੋ ਲਾਈਨਾਂ ਮੈਂ ਸੁਣਾ ਦਿੰਦਾ ਜੀ। ਹਾਂ ਜ਼ਰੂਰ ਜੀ। ਬੜੇ ਚੇਤੇ ਆਉਂਦੇ ਆ, ਬੜੇ ਚੇਤੇ ਆਉਂਦੇ। ਹਾਂਜੀ, ਉਹ ਬੜੇ ਚੇਤੇ ਆਉਂਦੇ ਨੇ ਯਾਰੀ ਅਣਮੁੱਲੇ ਹਵਾ ਦੇ ਬੁੱਲੇ,
ਇੰਨਾ ਕਿ ਕਿਆ ਬਾਤ ਹੈ। ਚਲੋ ਠੀਕ ਹੈ ਜੀ, ਆਪਾਂ ਮਾਣ ਰੱਖਿਆ ਜੀ, ਜਦੋਂ ਇਹ ਅੱਛੀ ਗੱਲ ਇਹ ਹੁੰਦੀ ਆਰਟਿਸਟ ਦੀ, ਕਈ ਕਹਿੰਦੇ ਵੀ ਨਹੀਂ ਯਾਰ ਆਹ ਗਾਣਾ ਨਹੀਂ ਮੈਨੂੰ ਆਉਂਦਾ, ਜਾਂ ਮੈਂ ਗਾਣਾ ਨਹੀਂ ਸੁਣਿਆ, ਜਾਂ ਮੈਂ ਗਾਣੇ ਦੇ ਮੈਨੂੰ ਬੋਲ ਨਹੀਂ ਯਾਦ ਹੈਗੇ, ਆਪਾਂ ਕੋਈ ਹੋਰ ਗਾਣਾ ਸੁਣਾ ਦਿੰਦੇ, ਪਰ ਤੁਸੀਂ ਉਹਦੇ ਬਾਵਜੂਦ ਵੀ ਦੋ ਲੈਣਾ ਵੀ ਸੁਣਾ ਦਿਉ, ਇਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਜੇ ਦੀ। ਖੈਰ ਭਾਜੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੁਸੀਂ ਵਾਕਈ ਬੜੇ ਵਧੀਆ ਇਨਸਾਨ ਹੋ, ਅਤੇ ਜਿਹੜੀ ਆਪਣੇ ਕਿਤੇ ਨਾ ਕਿਤੇ ਵੀਡੀਓ ਟਰੈਕ ਜਿਹੜੇ ਆਪਣੇ ਕੋਲ ਅੱਜ ਘੱਟ ਸੀਗੇ, ਜਿਹਦੇ ਕਰਕੇ ਆਪਾਂ ਜ਼ਿਆਦਾ ਨਹੀਂ ਦਿਖਾ ਪਾਏ, ਪਰ ਗੱਲਾਂ ਬਾਤਾਂ ਅੱਛੀਆਂ ਕੀਤੀਆਂ ਆਪਾਂ। ਤੁਹਾਨੂੰ ਫਿਊਚਰ ਲਈ ਮੇਰੇ ਗੁੱਡ ਲੱਕ ਆ, ਤੁਹਾਡੇ ਅੱਗੇ ਅੱਗੇ ਗਾਣੇ ਆਉਂਦੇ ਰਹਿਣ, ਅੱਗੇ ਅੱਗੇ ਵੀਡੀਓਜ਼ ਆਉਂਦੇ ਰਹਿਣ, ਤੁਹਾਡੇ ਡ੍ਰੀਮਸ ਜਿਹੜੇ ਨੇ ਫੁਲਫਿਲ ਹੋਣ, ਖਾਸ ਕਰਕੇ ਜਿਹੜੇ ਵਾਈਫ ਹੁੰਦੇ ਘਰ ਜਾਂ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਬਹੁਤ ਡ੍ਰੀਮਸ ਹੁੰਦੇ ਆ, ਸੋ ਉਹਨਾਂ ਦੇ ਡ੍ਰੀਮ ਜਿਹੜੇ ਆ ਉਹ ਤੁਹਾਡੇ 'ਤੇ ਡਿਪੈਂਡ ਕਰਦੇ ਆ, ਸੋ ਉਹਨਾਂ ਨੂੰ ਪੂਰਿਆਂ ਤੁਸੀਂ ਕਰਨਾ, ਤਾਂ ਤੁਸੀਂ ਉਹਨਾਂ ਦੇ ਸਾਰੇ ਡ੍ਰੀਮ ਪੂਰੇ ਕਰਨ ਦੀ ਤੁਹਾਨੂੰ ਤਾਕਤ ਮਿਲੇ, ਤੁਹਾਡੇ ਕੋਲ ਇੰਨਾ ਫਾਈਨੈਂਸ਼ਲੀ ਇੰਨੇ ਸਟਰੋਂਗ ਹੋ ਜਾਓ, ਇੰਨੇ ਹਿੱਟ ਹੋ ਜਾਓ। ਥੈਂਕ ਯੂ ਭਾਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਬਾਕੀ ਸਾਰੇ ਜਿੰਨੇ ਵੀ ਮੇਰੇ ਫੈਨਸ, ਮੇਰੇ ਦੋਸਤ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ ਜੀ, ਖਾਸ ਕਰਕੇ ਭਾਜੀ ਦਾ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦਾ ਅਤੇ ਰਵੀ ਭਾਜੀ ਦਾ, ਸ਼ੁਕਰੀਆ ਜੀ। ਥੈਂਕ ਯੂ ਭਾਜੀ, ਸੋ ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸ਼ੋਅ ਨੂੰ ਪਿਆਰ ਕਰਦੇ ਹੋ, ਪਿਆਰ ਬਰਕਰਾਰ ਰੱਖਿਆ ਕਰੋ। ਹਮੇਸ਼ਾ ਮੈਂ ਤੁਹਾਨੂੰ ਗੱਲ ਕਹਿਣਾ ਹੁੰਦਾ ਵੀ ਕਦੇ ਨਾ ਕਦੇ ਕੋਈ ਲਾਈਵ ਸ਼ੋਅ ਚੱਲਦਾ, ਕਿਸੇ ਵੇਲੇ ਜ਼ਬਾਨ ਥੜਕ ਜਾਂਦੀ ਆ, ਕਿਸੇ ਵੇਲੇ ਕੁਛ ਬੋਲਿਆ ਵੀ ਜਾਂਦਾ, ਉਹਦੇ ਲਈ ਮੈਂ ਮਾਫ਼ੀ ਮੰਗਦਾ ਰਹਿੰਦਾ ਹੁੰਦਾ, ਕਿਉਂਕਿ ਕੀ ਹੈਗਾ ਜੀ, ਬੋਲਣ ਦੀ ਬੜੀ ਕਮੀ ਹੈਗੀ ਆ, ਹਲੇ ਅਕਲ ਘੱਟ ਆ, ਸੋ ਬੱਚਾ ਸਮਝ ਕੇ ਫੁਕਟ ਕਰਦਾ ਕਰੋ, ਮਾਫ਼ ਕਰਦਾ ਕਰੋ। ਬਾਕੀ ਸ਼ੋਅ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ, ਅਤੇ ਆਪਾਂ ਟਰਾਈ ਕਰਦੇ ਰਹਾਂਗੇ ਹਰ ਵਾਰੀ ਨਵੇਂ ਨਵੇਂ ਜਿਹੜੇ ਕਲਾਕਾਰ ਨੇ ਜਿਹੜੇ ਕਿਤੇ ਨਾ ਕਿਤੇ ਹਿਡਨ ਨੇ, ਜਿਹਨਾਂ ਨੂੰ ਕਿਤੇ ਨਾ ਕਿਤੇ ਅਪਰਚੁਨਿਟੀਜ਼ ਦੀ ਲੋੜ ਹੈਗੀ, ਆਪਾਂ ਉਹਨਾਂ ਨੂੰ ਸ਼ੋਅ ਦੇ ਵਿੱਚ ਲਿਆਉਂਦੇ ਰਹੀਏ। ਅਤੇ ਨਾਲ ਨਾਲ ਦੱਸਦੀ ਜਾਂ ਤੁਸੀਂ ਇਹਨਾਂ ਦਾ ਗਾਣਾ ਵੀ ਜਿਹੜਾ ਦੇਖਿਆ ਸੀਗਾ, ਉਹ ਵੀ ਇੱਕ ਨਵਾਂ ਚੜ੍ਹਦੀ ਕਲਾ ਟਾਈਮ ਟੀਵੀ ਨੇ ਉਪਰਾਲਾ ਕੀਤਾ ਹੋਇਆ। ਜੇ ਤੁਹਾਡੇ ਕੋਲ ਆਪਣੇ ਆਡੀਓ ਟਰੈਕ ਰੈਡੀ ਪਏ ਨੇ, ਵੀਡੀਓ ਬਣਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤਾਂ ਇੱਕ ਬਹੁਤ ਹੀ ਜੈਨੂਅਨ ਜੀ ਇੱਕ ਫੀਸ ਰੱਖੀ ਹੋਈ ਆ, ਬਹੁਤ ਜੈਨੂਅਨ, ਜਿਹੜੀ ਤੁਸੀਂ ਸੁਣ ਕੇ ਤੁਸੀਂ ਸਰਪ੍ਰਾਈਜ਼ ਵੀ ਹੋ ਜਾਊਗਾ, ਅੱਛਾ ਵੀ ਇੰਨੇ ਥੋੜ੍ਹੇ। ਸੋ ਉਹ ਇੱਕ ਬਸ ਇੱਕ ਮਤਲਬ ਕਿ ਜਿਹਨੂੰ ਕਹੇ ਫੋਰਮੈਲਿਟੀ ਸੇਕ ਹੀ ਰੱਖਿਆ ਹੋਇਆ, ਅਤੇ ਤੁਸੀਂ ਉਹ ਆਪਣਾ ਜਿਹੜੇ ਆਡੀਓ ਟਰੈਕ ਉਹਨਾਂ ਦਾ ਵੀਡੀਓ ਜਿਹੜਿਆ, ਜਿੱਦਾਂ ਵੀਰੇ ਹੋਣਾ ਦਾ ਵੀਡੀਓ ਤੁਸੀਂ ਦੇਖਿਆ, ਜਿਹੜਾ ਸੈੱਟ 'ਤੇ ਆਪਾਂ ਕੀਤਾ ਹੋਇਆ ਡਿਜ਼ਾਈਨ ਸਾਰਾ, ਤੁਸੀਂ ਉੱਦਾਂ ਵੀਡੀਓ ਆਪਣੇ ਸ਼ੂਟ ਕਰਵਾ ਸਕਦੇ ਹੋ। ਉਹਦੇ ਲਈ ਤੁਸੀਂ ਕੰਟੈਕਟ ਨੰਬਰ ਨੋਟ ਕਰ ਲਓ ਜੀ, ਨੰਬਰ ਹੈਗਾ ਜੀ 9216-21-008, 9216-21-008, ਰਵੀ ਕਾਂਤ ਸ਼ਰਮਾ ਜੀ ਦਾ ਇਹ ਨੰਬਰ ਹੈ। ਤਾਂ ਤੁਸੀਂ ਸਿੱਧੇ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਵੀ ਆ ਸਕਦੇ ਹੋ, ਚੈਨਲ 'ਤੇ ਆ ਕੇ ਤੁਸੀਂ ਮਿਲ ਸਕਦੇ ਹੋ, ਅਤੇ ਆਪਣੇ ਆਡੀਓ ਟਰੈਕ ਜਿਹੜੇ ਜ਼ਰੂਰ ਲੈ ਕੇ ਆਇਓ। ਨਾਲ ਦੀ ਨਾਲ ਇੱਕ ਹੋਰ ਖੁਸ਼ੀ ਵਾਲੀ ਗੱਲ ਹੈਗੀ ਜੀ, ਏਕਮ ਰਿਕਾਰਡਸ ਵੀ ਆ ਜਿਹੜਾ ਆ ਉਹ ਵੀ ਸ਼ੁਰੂ ਕੀਤਾ ਹੋਇਆ। ਤਾਂ ਤੁਸੀਂ ਜੇਕਰ ਤੁਹਾਡਾ ਆਡੀਓ ਵੀਡੀਓ ਰੜੀ ਪਿਆ ਆ, ਪਰ ਕੰਪਨੀਆਂ ਤੋਂ ਤੁਸੀਂ ਬਾਹਲਾ ਭੱਜ ਭੱਜ ਕੇ ਥੱਕ ਗਏ ਆ, ਤਾਂ ਤੁਸੀਂ ਉਹ ਜ਼ਰੂਰ ਆਓ, ਇੱਕ ਵਾਰੀ ਮਿਲੋ ਆ ਕੇ, ਉਹ ਤੁਹਾਡਾ ਟਰੈਕ ਵੀ ਜਿਹੜਾ ਉਹ ਰਿਲੀਜ਼ ਕੀਤਾ ਜਾਏਗਾ। ਸੋ ਮਤਲਬ ਕਿ ਤੁਹਾਡੇ ਲਈ ਇੱਕ ਬੜੀ ਵਧੀਆ ਅਪਰਚੁਨਿਟੀ ਹੈ, ਅਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਰਿਲੈਕਸੇਸ਼ਨ ਵੀ ਆ, ਕਿਉਂਕਿ ਚੀਜ਼ਾਂ ਮਹਿੰਗੀਆਂ ਬੜੀਆਂ ਹੋ ਗਈਆਂ, ਉਸ 'ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਇੱਦਾਂ ਦੀ ਹੈਲਪ ਕਰਦੇ ਤਾਂ ਇੱਕ ਕਲਾਕਾਰ ਦੇ ਲਈ ਮੈਨੂੰ ਲੱਗਦਾ ਕਿ ਥੋੜ੍ਹਾ ਸੁਖਾਲਾ ਹੋ ਜਾਂਦਾ ਕੰਮ। ਖੈਰ ਜੀ, ਹੁਣ ਸਮਾਂ ਆ ਗਿਆ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦਾ, ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਕੌਣ ਬੋਲਦਾ?